ਬਹੁਤ ਖੂਬਸੂਰਤ ਲੱਗਿਆ ਮੈਨੂੰ, ਸਭ ਤੋਂ ਵਧੀਆ ਕੰਟਰੀ ਉਹ ਲੱਗਦੀ ਆਸਟ੍ਰੇਲੀਆ। ਮੈਂ ਤਾਂ ਕਹੂੰਗਾ ਜਿਹਨੇ ਜਾਣਾ ਅਗਰ ਆਸਟ੍ਰੇਲੀਆ ਜਾਵੇ ਕਿਤੇ ਹੋਰ ਨਾ ਜਾਵੇ। ਇੰਗਲੈਂਡ ਤਾਂ ਮੈਂ ਕਹਿੰਦਾ ਯੂਜ਼ ਨਹੀਂ ਹੋਇਆ, ਅਬ ਯੂਜ਼ ਹੀ ਹੋ ਗਿਆ। ਇਹ ਫਿਲਮ ਪੂਰੀ ਕਿੱਥੇ ਸ਼ੂਟ ਹੋਈ ਹੈ, ਮੈਲਬਰਨ ਜਾਂ? ਹਾਂਜੀ, ਮੈਲਬਰਨ ਐਂਡ ਅਰਾਊਂਡਸ ਜਿਹੜੇ ਹੈਗੇ ਨੇ। ਓਕੇ, ਪਰ ਆਪਾਂ ਮੈਲਬਰਨ ਹੀ ਕਹਿ ਸਕਦੇ ਹਾਂ। ਜੇ ਸਾਰੀਆਂ ਚੀਜ਼ਾਂ ਦੇਖਣੀਆਂ ਹੋਣ ਇਨਕਮ ਵਾਈਜ਼, ਇਨਵਾਇਰਮੈਂਟ ਵਾਈਜ਼, ਤਾਂ ਉਹ ਕਹਿੰਦੇ ਕਿ ਆਸਟ੍ਰੇਲੀਆ ਇਜ਼ ਦਾ ਬੈਸਟ ਕੰਟਰੀ ਜਿੱਥੇ ਤੁਸੀਂ ਰਹਿ ਸਕਦੇ ਹੋ। ਉੱਥੇ ਖੂਬਸੂਰਤ ਚੀਜ਼ ਮੈਨੂੰ ਹੋਰ ਲੱਗੀ, ਉੱਥੇ ਜਿੰਨੇ ਆਪਣੇ ਪੰਜਾਬੀ ਨੇ ਨਾ, ਇਹਨਾਂ ਕੋਲ ਸ਼ਾਮ ਨੂੰ ਟਾਈਮ ਨਿਕਲ ਆਉਂਦਾ ਆਪਸ 'ਚ ਮਿਲ ਕੇ ਬੈਠਣ ਦਾ, ਬਿਲਕੁਲ ਹੋਰ ਕਿਸੇ ਕੰਟਰੀ 'ਚ ਨਹੀਂ ਹੈ। ਹਾਂ ਨਹੀਂ, ਮੈਂ ਉੱਥੇ ਦੇਖਿਆ ਕਿ ਉੱਥੇ ਇੰਡੀਆ ਨਾਲੋਂ ਵੀ ਜ਼ਿਆਦਾ ਵੱਡੇ ਬੈਕਯਾਰਡ ਸੀਗੇ, ਜਿੱਥੇ ਉਹਨਾਂ ਦੇ ਮੰਜੇ ਕਿ ਤੰਦੂਰ ਕਿ ਲੱਲਾ ਸਾਰਾ ਕੁਛ ਹੀ ਸ਼ਾਮ ਨੂੰ ਬਹੁਤ ਛੇਤੀ ਬੰਦ ਹੋ ਜਾਂਦਾ। ਬਟ ਆਈ ਡੋਨਟ ਨੋ ਹਾਊ ਆਈ ਫੈਲਟ ਅਬਾਊਟ ਦੈਟ। ਬੰਦ ਕੀ ਹੋ ਜਾਂਦਾ? ਮਤਲਬ ਦ ਸ਼ਾਪਸ ਐਂਡ ਐਵਰੀਥਿੰਗ, ਸ਼ਾਪਸ ਹੁੰਦੀਆਂ, ਲਾਈਫ ਸਟਾਰਟਸ ਦੈਨ। ਵਧੀਆ ਰੈਸਟੋਰੈਂਟ 4 ਵਜੇ ਖੁੱਲੇ ਹੋਣ, ਖੁੱਲਣੇ ਸ਼ੁਰੂ ਕਰਦੇ ਆ। ਓਕੇ, ਦੇ ਸੇ ਕਿ ਸ਼ਾਪਿੰਗਾਂ ਤੋਂ ਬਾਹਰ ਨਿਕਲੋ, ਸ਼ਾਪਾਂ ਤੋਂ ਬੈਠੋ ਫੈਮਿਲੀ ਨਾਲ, ਇੱਥੇ ਨਜ਼ਾਰੇ ਲਓ। ਮੈਂਟਲ ਹੈਲਥ ਦਾ ਤਾਂ ਕੋਈ ਬਹੁਤ ਘੱਟ ਲੋਕ ਗੱਲ ਕਰਦੇ ਆ। ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਥੈਂਕ ਗੋਡ ਕਈ ਵਾਰੀ ਚੀਜ਼ਾਂ ਦਾ ਨਾਮ ਪਤਾ ਹੋਣਾ ਵੀ ਬਹੁਤ ਵਧੀਆ ਹੁੰਦਾ। ਡਿਪਰੈਸ਼ਨ ਸ਼ਬਦ ਹੈ ਹੀ ਨਹੀਂ ਕੋਈ, ਬੇਸਿਕਲੀ ਡਿਪਰੈਸ਼ਨ ਕਿਸੇ ਗੱਲ ਦਾ? ਚਲੋ ਮੈਂ ਰਾਜਾ ਬਣਨਾ, ਮੈਂ ਨਹੀਂ ਬਣ ਸਕਿਆ, ਕੀ ਕਰੂੰਗਾ, ਮੈਂ ਸੁਸਾਈਡ ਕਰ ਲੂੰਗਾ। ਕਹਿੰਦੇ ਗ੍ਰੇਡਸ ਨਹੀਂ ਹੋਣੇ ਚਾਹੀਦੇ ਬੱਚਿਆਂ ਦੀ, ਇਹ ਨਹੀਂ ਹੋਣੇ ਚਾਹੀਦੇ। ਐਂਡ ਮੈਂ ਕਹਿਣ ਲੱਗਿਆ ਸੀ ਪਹਿਲਾਂ ਵੀ ਫਿਰ ਤਾਂ ਜੇ ਕਿਤੇ ਰਨਿੰਗ ਦਾ ਕੰਪੀਟੀਸ਼ਨ ਹੋਵੇ ਇੱਕ ਜਵਾਕ ਹੀ ਭੱਜ ਲਏ, ਫਿਰ ਕੋਈ ਇਹਦੇ ਅੰਦਰ ਮਾਤਾ ਆਉਂਦੀ ਹੈ ਜਾਂ ਫਿਰ ਕੁਛ ਚਿੰਬੜ ਗਿਆ ਜਾਂ ਇੱਦਾਂ ਕੁਛ ਹੀ ਨਾ, ਬਿਕੋਜ਼ ਅਵੇਅਰਨੈਸ ਨਹੀਂ ਹੁੰਦੀ ਸੀਗੀ। ਅੱਜ ਕੱਲ੍ਹ ਲੋਕ ਮੈਂਟਲ ਹੈਲਥ ਬਾਰੇ ਗੱਲ ਵੀ ਬਹੁਤ ਕਰਦੇ ਨੇ, ਤਾਂ ਉਹਨੂੰ ਰਿਜ਼ੋਲਵ ਵੀ ਕਰਦੇ ਨੇ, ਥੈਰੇਪੀ ਵੀ ਲੈਂਦੇ ਨੇ, ਵਿਚ ਇਜ਼ ਨਾਈਸ। ਔਰ ਸਭ ਤੋਂ ਵੱਡੀ ਗੱਲ ਇੱਕ ਭਾਜੀ ਹੋ ਰਿਹਾ, ਇਹ ਹੁਣ ਵੀ ਹੈਗਾ ਜਿਵੇਂ ਘਰ ਕੋਈ ਰਿਸ਼ਤੇਦਾਰ ਆਉਂਦਾ ਤੂੰ ਪਹਿਲਾਂ ਬੱਚੇ ਦੀ ਇੰਟਰਵਿਊ ਲੈਣ ਲੱਗ ਪੈਂਦਾ, ਮੇਰਾ ਕਿਹੜੀ ਕਲਾਸ ਪੜ੍ਹਦਾ ਬੇਟਾ, ਤੇ ਮੈਂ ਸਿੱਧਾ ਮੇਰੇ ਘਰੇ ਕਹਿੰਦਾ ਮੇਰੇ ਬੱਚੇ ਛੋਟੇ ਸੀ, ਮੈਂ ਕਹਿੰਦਾ ਮੇਰੇ ਬੱਚੇ ਨਲਾਇਕ ਆ, ਕੁਛ ਨਹੀਂ ਪੜ੍ਹਦੇ, ਕੱਖ ਨਹੀਂ ਹੁੰਦਾ ਬੇਟਾ, ਤੁਸੀਂ ਜਾ ਖੇਡੋ। ਤੇ ਮੈਨੂੰ ਲੱਗਦਾ ਵੀ ਤੁਸੀਂ ਇਕੱਲੇ ਹੀ ਹੋ, ਜੀਣਾ ਇਕੱਲੇ ਹੀ ਆ, ਬਾਕੀ ਸਾਰੇ ਬਹਾਨੇ ਆ, ਜਿੰਨੇ ਆਸ ਪਾਸ ਸਾਡੇ ਵਹਿਮ ਨੇ ਜਿੰਨੇ ਵੀ ਅਸੀਂ ਕ੍ਰੀਏਟ ਕੀਤੇ ਨੇ। ਤੂੰ ਇਸ ਸਬਜੈਕਟ ਦਾ ਇੱਕ ਵੀ ਬਹੁਤ ਇੱਕ ਨਾ ਥਿਨ ਲਾਈਨ ਹੈ ਇਹਦੇ ਵਿੱਚ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਠੀਕ ਠਾਕ ਹੋਵੋਗੇ। 21 ਜੂਨ ਨੂੰ ਮਿਸਟਰ ਸ਼ੁਦਾਈ ਰਿਲੀਜ਼ ਹੋ ਰਹੀ ਆ, ਹਰਜੋਤ ਸਿੰਘ ਹੋਰਾਂ ਨੇ ਫਿਲਮ ਨੂੰ ਡਾਇਰੈਕਟ ਕੀਤਾ। ਇਸ ਫਿਲਮ ਦੇ ਕੈਰੈਕਟਰ ਨੂੰ ਬੰਦਿਆਂ ਨੂੰ ਬਹੁਤ ਤਰ੍ਹਾਂ ਦੀਆਂ ਇੱਛਾਵਾਂ ਹੁੰਦੀਆਂ ਨੇ, ਪਰ ਇਸ ਫਿਲਮ ਦਾ ਜੋ ਮੇਨ ਕੈਰੈਕਟਰ ਹੈ ਜੋ ਹਰਸਿਮਰਨ ਪਲੇ ਕਰ ਰਹੇ ਨੇ, ਉਹਦੀ ਇੱਕ ਇੱਛਾ ਹੈ ਮਰਨ ਦੀ ਇੱਛਾ। ਸ਼ਾਇਦ ਇਸੇ ਕਰਕੇ ਹੀ ਉਹਨਾਂ ਨੇ ਇਸ ਫਿਲਮ ਦੇ ਵਿੱਚ ਸ਼ੁਦਾਈ ਬੁਲਾਉਂਦੇ ਹੋਣੇ ਨੇ। ਇਸ ਫਿਲਮ ਦੇ ਵਿੱਚ ਸੁਖਵਿੰਦਰ ਚਾਹਲ ਜੀ ਨੇ, ਮੈਂਡੀ ਤੱਖਰ ਨੇ, ਹਰਸਿਮਰਨ ਅੱਜ ਬੀ ਸੋਸ਼ਲ 'ਤੇ ਸਾਡੇ ਨਾਲ ਹੋਣਗੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਬੀ ਸੋਸ਼ਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ। ਸਭ ਤੋਂ ਪਹਿਲਾਂ ਮੈਂਡੀ ਹੋਰਾਂ ਨੂੰ ਔਨ ਸਕਰੀਨ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ। ਥੈਂਕ ਯੂ ਸੋ ਮੱਚ, ਥੈਂਕ ਯੂ। ਸੋ ਵਿਆਹ 'ਤੇ ਬਹੁਤ ਡਿਬੇਟ ਹੁੰਦੀ ਆ ਕਿ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਮੈਨੂੰ ਲੱਗਦਾ ਕਿ ਹਰ ਇੱਕ ਦਾ ਆਪਣਾ ਐਕਸਪੀਰੀਅੰਸ ਹੁੰਦਾ। ਸੋ ਤੁਹਾਡੇ ਕੁਛ ਮਹੀਨਿਆਂ ਦਾ ਐਕਸਪੀਰੀਅੰਸ ਕੀ ਕੀ ਕਹਿੰਦਾ ਹੈ, ਵਿਆਹ ਹੋਣਾ ਚਾਹੀਦਾ? ਹੋਣਾ ਚਾਹੀਦਾ, ਬਿਕੋਜ਼ ਫੈਮਿਲੀ ਲਈ ਬਹੁਤ ਜ਼ਰੂਰੀ ਹੈ, ਐਂਡ ਪਿਆਰ ਲਈ ਐਂਡ ਕੰਪੈਨੀਅਨਸ਼ਿਪ ਲਈ ਬਹੁਤ ਜ਼ਰੂਰੀ ਹੈ, ਜੇ ਤੁਸੀਂ ਉਹ ਜ਼ਿੰਦਗੀ 'ਚ ਪਾਲਦੇ ਹੋ। ਮੈਨੂੰ ਲੱਗਦਾ ਕਿ ਸ਼ਾਇਦ ਰਿਵੀਲ ਸਾਰਿਆਂ ਨੇ ਜਿਵੇਂ ਨੀਰੂ ਮੈਮ ਉਹਨਾਂ ਦੀ ਲਾਈਫ ਓਪਨ ਆ ਸੋਸ਼ਲ ਮੀਡੀਆ 'ਤੇ, ਸਰਗੁਣ ਉਹਨਾਂ ਦੀ ਲਾਈਫ ਓਪਨ ਆ ਦੈਟ ਦੇ ਆਰ ਮੈਰਿਡ, ਅਤੇ ਪਰ ਮੈਨੂੰ ਲੱਗਦਾ ਕਿ ਵਿਆਹ ਕਿਸੇ ਪਹਿਲੀ ਕੁੜੀ ਨੇ ਦਿਖਾਇਆ ਆਪਣਾ ਕਿ ਸਾਰੇ ਜਾਣੇ ਤੁਸੀਂ ਵੀ ਮੇਰਾ ਵਿਆਹ ਦੇਖੋ। ਮਤਲਬ ਰੀਲਾਂ ਬਣਨੀਆਂ ਸੀ, ਅਸੀਂ ਪਾਤੇ ਹਾਂ। ਯੂਜਲੀ ਮੈਂ ਸੋਸ਼ਲੀ ਇੰਨੀ ਐਕਟਿਵ ਨਹੀਂ ਹੁੰਦੀ, ਸੋ ਉਹ ਤਾਂ ਰੈਂਡਮਲੀ ਬਸ ਅੱਧੀਆਂ ਤਾਂ ਟੀਮ ਹੀ ਪਾ ਰਹੀ ਸੀ, ਲਾਈਕ ਜਸਟ ਮੈਨੇਜਮੈਂਟ ਟੀਮ, ਸੋ ਆਈ ਵਾਸ ਲਾਈਕ ਠੀਕ ਹੈ, ਇਟਸ ਓਕੇ, ਕੋਈ ਗੱਲ ਨਹੀਂ, ਮੈਨੂੰ ਇੰਨਾ ਫਰਕ ਨਹੀਂ ਪਿਆ। ਫਿਰ ਤੁਸੀਂ ਇਸ ਚੀਜ਼ ਨੂੰ ਮਤਲਬ ਕੌਨਸ਼ੀਅਸ ਡਿਸੀਜਨ ਸੀ ਤੁਹਾਡਾ ਕਿ ਮੇਰੀ ਲਾਈਫ ਦਾ ਬਹੁਤ ਵੱਡਾ ਪਾਰਟ ਆ ਤਾਂ ਮੈਂ ਇਹਨੂੰ ਕਿਉਂ ਲੁਕਾਵਾਂ ਜਾਂ ਮੈਨੂੰ ਜ਼ਰੂਰੀ ਨਹੀਂ ਆ?
ਨਾ ਲੁਕਾਉਣ ਦਾ ਕੌਨਸ਼ੀਅਸ ਡਿਸੀਜਨ ਹੈ, ਇਟਸ ਫਾਈਨ, ਬਟ ਇਟਸ ਨੋਟ ਲਾਈਕ ਕਿ ਮੈਂ ਉਹਨੂੰ ਪਬਲਿਸਾਈਜ਼ ਕਰਨਾ ਚਾਹ ਰਹੀ ਸੀ ਜਾਂ ਫਿਰ ਉਹ ਬਸ ਜਿਵੇਂ ਜਿਵੇਂ ਕੁਛ ਵੀ ਬਣਦਾ ਰਿਹਾ ਆਪਾਂ ਜਸਟ ਨੋਰਮਲੀ ਬਹੁਤ ਬਿਨਾਂ ਸੋਚੇ ਹੀ ਪਾਈਆਂ, ਸੋ ਇਟਸ ਨੋਟ ਦੈਟ ਇਟ ਵਾਜ਼ ਅ ਪਲੈਨਡ ਥਿੰਗ ਕਿ ਆਹ ਪਾਵਾਂਗੇ ਆਹ ਪਾਵਾਂਗੇ, ਉਹਦੀ ਬਸ ਕਦੇ ਹਲਕਾ ਜੁਲਕਾ ਪਾ ਲਿਆ, ਜਿਵੇਂ ਕਿ ਰਾਈਟ ਨਾ ਮੈਂ ਸੋਸ਼ਲ ਮੀਡੀਆ 'ਤੇ ਕਦੇ ਪਾ ਲੈਂਦੀ ਹਾਂ ਕਦੇ ਨਹੀਂ ਪਾਉਂਦੀ, ਸੇਮ ਸੇਮ ਵੇ ਸਰ ਥੈਂਕ ਯੂ ਸੋ ਮਚ ਆਉਣ ਦੇ ਲਈ ਅਤੇ ਹਿਊਜ ਫੈਨ ਮੈਨੂੰ ਸ਼ਿਕਾਰੀ ਤੁਹਾਡੀ ਬਹੁਤ ਪਸੰਦ ਆਈ ਸੀ, ਬਹੁਤ ਤੁਹਾਡੇ ਬਾਕੀ ਦੇ ਕੈਰੇਕਟਰਸ ਵੀ ਜਿੰਨਾ ਹੁਣ ਤੱਕ ਤੁਹਾਡੀ ਫਿਲਮੋਗ੍ਰਾਫੀ ਰਹੀ ਹੈ, ਪਰ ਮੈਨੂੰ ਇਹ ਲੱਗਿਆ ਕਿ ਜੋ ਸ਼ਿਕਾਰੀ ਸੀਰੀਜ਼ ਸੀਗੀ ਉਹ ਤੁਹਾਡਾ ਵੀ ਐਂਡ ਗੁੱਗੂ ਸਰ ਉਹਨਾਂ ਦਾ ਵੀ ਜਿੰਨਾ ਕੰਮ ਆ, ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਉਹ ਬਹੁਤ ਸਪੈਸ਼ਲ ਸੀਗੀ ਐਂਡ ਬਹੁਤ ਇੰਗੇਜਿੰਗ ਸੀ ਤੁਹਾਡੀ ਪਰਫੋਰਮੈਂਸ, ਅਤੇ ਇਹਨਾਂ ਦੀ ਅਸੀਂ ਬਹੁਤ ਇੰਜੋਏ ਕੀਤੀ ਆ। ਥੈਂਕ ਯੂ, ਥੈਂਕ ਯੂ ਸੋ ਮਚ। ਉਹ ਟੀਮ ਵੀ ਬਹੁਤ ਅੱਛੀ ਆ, ਮਨੀਸ਼ ਬਾਟਲ ਡਾਇਰੈਕਟਰ ਨੇ ਬਹੁਤ ਖੂਬਸੂਰਤ, ਤੁਸੀਂ ਵੀ ਕੰਮ ਕੀਤਾ ਉਹਨਾਂ ਨਾਲ, ਹਾਂਜੀ, ਅਤੇ ਪ੍ਰਿੰਸ ਨੇ ਲਿਖੀ ਸੀ ਉਹ ਕਵਰ, ਜਿਹਦੇ ਬਹੁਤ ਖੂਬਸੂਰਤ ਬਣੀ ਆ ਉਹ, ਬਹੁਤ ਸਾਰਿਆਂ ਨੇ ਮਿਹਨਤ ਬਹੁਤ ਕੀਤੀ ਆ। ਸਭ ਤੋਂ ਵੱਡੀ ਗੱਲ ਸਾਡੇ ਸਟਾਰ ਸੀ ਗੁੱਗੂ ਭਾਅ ਜੀ, ਬਹੁਤ ਪਿਆਰੇ ਆਦਮੀ, ਮਜ਼ਾ ਆਉਂਦਾ ਕੰਮ ਕਰਕੇ ਉਹਨਾਂ ਨੂੰ। ਬਿਲਕੁਲ, ਜਿਵੇਂ ਹੁਣ ਤੱਕ ਤੁਸੀਂ ਫਿਲਮਾਂ ਹੀ ਕੀਤੀਆਂ ਸੀ ਅਤੇ ਇੱਕ ਸੀਰੀਜ਼, ਐਂਡ ਉਹਦੇ ਜਿਹੜੇ ਲੀਡ ਕੈਰੇਕਟਰਸ ਨੇ ਉਹ ਸਾਰੇ ਸੀਨੀਅਰ ਸੀਗੇ ਐਂਡ ਸਾਰੇ ਹੀਰੋ ਸੀਗੇ, ਸੋ ਉਹ ਵਾਲਾ ਐਕਸਪੀਰੀਅੰਸ ਜਾਂ ਉਹ ਫੀਲਿੰਗ ਅਲੱਗ ਸੀ। ਮਜ਼ਾ ਆਇਆ ਕਰਕੇ, ਰੀਅਲੀ ਮਜ਼ਾ ਆਇਆ, ਕਿਉਂਕਿ ਜਦੋਂ ਇੱਕ ਏਜ ਤੋਂ ਬਾਅਦ ਤੁਸੀਂ ਹੀਰੋ ਕੋਸ਼ਿਸ਼ ਕਰਦੇ ਹੋ ਆਪਣੇ ਆਪ ਨੂੰ ਸਮਝਣ ਦੀ, ਉਹਦਾ ਇੱਕ ਮਜ਼ਾ ਹੀ ਅਲੱਗ ਆ। ਇੱਕ ਏਜ ਹੁੰਦੀ ਹੀਰੋ ਵਾਲੀ, ਉਹ ਤਾਂ ਹੀਰੋ ਵਾਲੀ ਹੁੰਦੀ ਹੁੰਦੀ ਆ, ਪਰ ਖਾਹਿਸ਼ ਹਰ ਬੰਦੇ ਦੇ ਅੰਦਰ ਹੁੰਦੀ ਆ, ਅਤੇ ਸ਼ਿਕਾਰੀ ਦਾ ਸ਼ਾਇਦ ਉਹੀ ਕਨਸੈਪਟ ਆ ਵੀ ਇੱਕ ਏਜ ਤੋਂ ਬਾਅਦ ਜਾ ਕੇ ਵੀ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਇੰਜੋਏ ਕਰ ਸਕਦੇ ਜੋ, ਜਿਹੜੀ ਬੌਂਡਿੰਗ ਉਹਦੇ 'ਚ ਦਿਖਾਈ ਉਹਨਾਂ ਨੇ ਕਰੈਕਟਰਾਂ ਦੀ, ਜਿਹੜੀ ਦੋਸਤੀ ਦਿਖਾਈ ਆ, ਉਹ ਬਹੁਤ ਖੂਬਸੂਰਤ ਆ। ਸਾਡੀ ਕੈਮਿਸਟਰੀ ਬਹੁਤ ਵਰਕ ਕੀਤੀ ਉਹਦੇ 'ਚ, ਮੇਰੀ ਗੁੱਗੂ ਭਾਅ ਜੀ ਦੀ, ਆਸ਼ੀਸ਼ ਜੀ ਦੀ, ਅਤੇ ਇਹ ਸਾਰਾ ਕ੍ਰੈਡਿਟ ਜਾਂਦਾ ਮਨੀਸ਼ ਭੱਟ ਨੂੰ ਔਰ ਪ੍ਰਿੰਸ ਕਵਲ ਜਿੱਤ ਨੂੰ। ਬਿਲਕੁਲ, ਐਂਡ ਆਪਾਂ ਵੈਸੇ ਮਿਸਟਰ ਸ਼ੁਦਾਈ ਲਈ ਮਿਲ ਰਹੇ ਹਾਂ, ਪਰ ਕਿਉਂਕਿ ਆਪਾਂ ਬਹੁਤ ਸਾਲਾਂ ਬਾਅਦ ਮਿਲ ਰਹੇ ਹਾਂ, ਜੋੜੀ ਤੋਂ ਬਾਅਦ ਮਿਲਣ ਦਾ ਤੁਹਾਡੀ ਇਹ ਫਿਲਮ ਆ ਰਹੀ ਆ, ਐਂਡ ਜੋੜੀ ਦੇ ਵਿੱਚ ਜੋ ਤੁਹਾਡਾ ਕਰੈਕਟਰ ਸੀ ਬਹੁਤ ਹੀ ਕਨਵਿੰਸਿੰਗ ਸੀ, ਥੈਂਕ ਯੂ ਸੋ ਮਚ ਉਹ ਕਰੈਕਟਰ ਪਲੇ ਕਰਨ ਦੇ ਲਈ, ਅਤੇ ਉਸ ਕਰੈਕਟਰ ਦੇ ਨਾਲ ਸ਼ੁਰੂਆਤ ਹੋਣੀ ਤੁਹਾਡੇ ਲਈ ਕਿੰਨਾ ਮਾਇਨੇ ਰੱਖਦਾ? ਵਧੀਆ ਲੱਗਦਾ ਕਿ ਜਦੋਂ ਤੁਹਾਡੀ ਸ਼ੁਰੂਆਤ ਕਿਸੇ ਵੱਡੇ ਪਲੇਟਫਾਰਮ 'ਤੇ ਵੱਡੀ ਟੀਮ ਨਾਲ ਹੋ ਜਾਂਦੀ ਹੈ, ਉਹ ਫਿਰ ਇੱਕ ਆਪਣੇ ਆਪ ਨੂੰ ਐਂ ਜਿਹਾ ਲੱਗਦਾ ਕਿ ਹਾਂ ਠੀਕ ਹੈ, ਕਿਉਂਕਿ ਪਹਿਲਾਂ ਕੀਤਾ ਕੰਮ ਕਾਫੀ ਕੀਤਾ, ਪਹਿਲਾਂ ਉਹ ਨਹੀਂ ਬਾਹਰ ਆਇਆ, ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਨੂੰ ਥੋੜ੍ਹਾ ਜਿਹਾ ਡੀਮੋਟੀਵੇਟ ਵੀ ਹੋ ਜਾਂਦੇ ਹੁੰਦੇ ਹਾਂ, ਅਤੇ ਜਾਂ ਆਪਾਂ ਨੂੰ ਕਈ ਵਾਰੀ ਕੁਛ ਪ੍ਰੋਜੈਕਟ ਜਦੋਂ ਆਪਾਂ ਪਹਿਲਾਂ ਕਰ ਰਹੇ ਹੁੰਦੇ ਹਾਂ, ਕੁਛ ਕੁ ਮਜਬੂਰੀ 'ਚ ਕਰਨੇ ਪੈ ਜਾਂਦੇ ਆ, ਜਾਂ ਆਪਾਂ ਸੋਚ ਲੈਂਦੇ ਹਾਂ ਕਿ ਹਾਂ ਯਾਰ ਚੱਲ ਕੁਛ ਕਰ ਲਈਏ, ਪਰ ਦੈਟ ਵਾਜ਼ ਅ ਗੁੱਡ ਸਟਾਰਟ ਫੋਰ ਮੀ, ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹ। ਮਜਬੂਰੀ 'ਚ ਕਿੱਦਾਂ, ਕਿਉਂਕਿ ਤੁਸੀਂ ਵੈਲ ਐਸਟੈਬਲਿਸ਼ ਆਰਟਿਸਟ ਹੋ, ਆਈ ਗੈਸ ਤੁਸੀਂ ਸਿੰਗਿੰਗ 'ਚ ਵੀ ਉਹ ਉਵੇਂ ਦਾ ਨਹੀਂ ਕੀਤਾ ਕਿ ਅਤੇ ਹੁਣ ਆਹ ਚੱਲ ਰਿਹਾ ਅਤੇ ਮੈਨੂੰ ਵੀ ਇਹ ਚੀਜ਼ਾਂ ਕਰਨੀਆਂ ਪੈਣਗੀਆਂ, ਜਾਂ ਟ੍ਰੈਂਡ ਨੂੰ ਫੋਲੋ ਕਰਦਿਆਂ ਹੋਇਆਂ ਜਾਂ ਆਡੀਅੰਸ ਨੂੰ ਦੇਖਦੇ ਹੋਏ, ਮਿਲਦਾ ਕਿ ਸਿੰਗਿੰਗ ਦੇ ਵਿੱਚ ਵੀ ਤੁਸੀਂ ਬਹੁਤ ਸਿਲੈਕਟਿਵ ਕੰਮ ਕੀਤਾ ਆ। ਜੀ ਨਹੀਂ, ਉਹ ਐਂ ਸੀਗਾ ਕਿ ਜਦੋਂ ਫਿਲਮਾਂ ਸੋਚ ਰਹੇ ਸੀ ਕਿ ਫਿਲਮਾਂ ਕਰਨੀਆਂ, ਅਤੇ ਕੁਛ ਆਪਾਂ ਨੂੰ ਪਤਾ ਕਿ ਚਲੋ ਟੀਮਸ ਹੁੰਦੀਆਂ, ਡਿਫਰੈਂਟ ਡਿਫਰੈਂਟ ਕੈਰੈਕਟਰਸ ਪਲੇ ਕਰੀ ਜਾਂਦਾ ਹੈ, ਕੋਈ ਹੀਰੋ ਆਈ ਜਾਂਦਾ, ਸੋ ਮੈਂ ਹਜੇ ਤੱਕ ਉੱਥੇ ਫਿੱਟ ਜੇ ਹੋ ਨਹੀਂ ਸੀ ਰਿਹਾ ਕਿਸੇ ਤਰੀਕੇ ਨਾਲ, ਅਤੇ ਜਿੰਨੀਆਂ ਵੀ ਦੋ ਤਿੰਨ ਕੀਤੀਆਂ ਪਹਿਲਾਂ ਉਹ ਫੋਰ ਸਮ ਰੀਜ਼ਨ ਆਈਆਂ ਨਹੀਂ। ਅੱਛਾ। ਸੋ ਇੱਕ ਬੰਦੇ ਨੂੰ, ਕਿਉਂਕਿ ਆਰਟਿਸਟ ਤਾਂ ਭੁੱਖਾ ਹੁੰਦਾ ਹਮੇਸ਼ਾ, ਹੈ ਨਾ, ਉਹਨੂੰ ਐਂ ਹੁੰਦਾ ਵੀ ਮੈਂ ਕੰਮ ਕੀਤਾ ਅਤੇ ਛੇਤੀ ਆ ਜੇ ਬਾਹਰ, ਕੰਮ ਕੀਤਾ ਛੇਤੀ ਆ ਜੇ ਬਾਹਰ, ਅਤੇ ਉਹ ਫਿਰ ਐਂ ਜੇ ਲੱਗਿਆ ਰਿਹਾ ਕਿ ਚਲੋ ਹਾਂ ਠੀਕ ਆ। ਫਿਰ ਮੈਨੂੰ ਐਂ ਵੀ ਸੀ ਕਿ ਮੈਂ ਯਾਰ ਫਿਲਮ ਕਰਨੀ ਹੈ ਤਾਂ ਨਾ ਫਿਲਮ ਕਰਾਂ, ਯੂ ਨੋ,
ਤੇ ਉਹ ਵਧੀਆ ਹੋ ਗਿਆ ਫਿਰ ਜੋੜੀ 'ਚ ਕੰਮ ਵਧੀਆ ਹੋ ਗਿਆ। ਇਹ ਵਾਲੀ ਫਿਲਮ ਜੋੜੀ ਤੋਂ ਪਹਿਲਾਂ ਸ਼ੂਟ ਹੋਈ ਹੈ ਜਾਂ ਇਹ ਉਸ ਤੋਂ ਬਾਅਦ ਦਾ ਪ੍ਰੋਜੈਕਟ ਹੈ? ਸ਼ੁਦਾਈ ਸ਼ੁਦਾਈ ਮਿਸਟਰ ਸ਼ੁਦਾਈ ਦਾ ਰੀਸੈਂਟ ਪ੍ਰੋਜੈਕਟ ਹੈ ਸਾਡਾ। ਹਾਂਜੀ, ਇਹ ਆਸਟ੍ਰੇਲੀਆ ਦੇ ਵਿੱਚ ਸ਼ੂਟ ਹੋਇਆ ਸਾਰਾ। ਅਤੇ ਮੈਨੂੰ ਲੱਗਦਾ ਹੈ ਡਾਇਰੈਕਟਰ ਸਾਹਿਬ ਕਹਿੰਦੇ ਸੀ ਵੀ ਜੋੜੀ ਦੇਖ ਕੇ ਤੈਨੂੰ ਲਿਆ ਫਿਲਮ ਦੇ ਵਿੱਚ। ਅਤੇ ਵੈਸੇ ਦੋਸਤ ਵੀ ਹੈ ਮੇਰੇ, ਹੈ ਨਾ, ਪਿਛਲੇ, ਕਿਉਂਕਿ ਆਸਟ੍ਰੇਲੀਆ ਰਹਿੰਦੇ ਨੇ ਉਹ। ਹੁਣ ਇਹਦੇ 'ਚ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਜਾਂ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਮੈਨੂੰ ਸਮਝ ਨਹੀਂ, ਪਤਾ ਨਹੀਂ ਹੈ, ਉਹੀ ਦੱਸਣਗੇ, ਇਹ ਉਹੀ ਦੱਸਣਗੇ। ਮੈਂ ਇਸ ਕਰਕੇ ਵੀ, ਅਸੀਂ ਸਾਰੀ ਟੀਮ ਤੁਹਾਡੇ ਆਉਣ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਾਡੀਆਂ ਫਿਲਮਾਂ 'ਚ ਇੰਗਲੈਂਡ ਬਹੁਤ ਐਕਸਪਲੋਰ ਹੋ ਚੁੱਕਿਆ, ਬਟ ਮੈਨੂੰ ਲੱਗਦਾ ਕੁਛ ਕੁ ਚੁਣਿੰਦਾ ਫਿਲਮਾਂ ਨੇ ਜਿਹੜੀਆਂ ਆਸਟ੍ਰੇਲੀਆ ਸ਼ੂਟ ਹੋਈਆਂ ਨੇ। ਆਈ ਥਿੰਕ ਪੂਰੀ, ਸੌਰੀ ਟੂ ਕਟ ਯੂ, ਬਟ ਪੂਰੀ ਫਿਲਮ ਆਈ ਥਿੰਕ ਆਸਟ੍ਰੇਲੀਆ 'ਚ ਇਹੀ ਸ਼ੂਟ ਹੋਈ ਹੈ ਮਿਸਟਰ ਸ਼ਰਮਾ। ਹਾਂਜੀ, ਕਿਉਂਕਿ ਹਾਂ ਸੈਗਮੈਂਟ ਸ਼ੂਟ ਹੁੰਦੇ ਨੇ, ਛੋਟੇ ਛੋਟੇ ਸੈਗਮੈਂਟ। ਬਿਲਕੁਲ ਬਿਲਕੁਲ, ਇੰਗਲੈਂਡ ਤਾਂ ਮੈਂ ਕਹਿੰਦਾ ਯੂਜ਼ ਨਹੀਂ ਹੋਇਆ, ਅਬਿਊਜ਼ ਹੀ ਹੋ ਗਿਆ। ਇਹ ਮੈਂ ਕਹਿੰਦਾ ਪੰਜਾਬੀ ਦੀ ਪਹਿਲੀ ਫਿਲਮ ਜਿਹੜੀ ਆਸਟ੍ਰੇਲੀਆ ਸ਼ੂਟ ਹੋਈ ਆ, ਪੰਜਾਬੀ ਪਹਿਲੀ ਫਿਲਮ ਆ, ਔਰ ਪੂਰੀ ਦੀ ਪੂਰੀ ਆਸਟ੍ਰੇਲੀਆ, ਪੂਰੀ ਦੀ ਪੂਰੀ ਜਿਹੜੀ ਆਸਟ੍ਰੇਲੀਆ ਸ਼ੂਟ ਹੋਈ, ਕੋਈ ਹਿੱਸਾ ਵੀ ਕਿਤੇ ਹੋਰ ਨਹੀਂ ਸ਼ੂਟ ਆ, ਨਾ ਪੰਜਾਬ, ਨਾ ਕਿਤੇ, ਪੂਰੀ ਦੀ ਪੂਰੀ ਕਹਾਣੀ ਉੱਥੋਂ ਦੀ ਆ। ਅਸੀਂ ਸਟੂਡੈਂਟ ਸੀਗੇ ਜਦੋਂ ਉਦੋਂ ਫਿਲਮ ਆਈ ਸੀ, ਸਲਾਮ ਨਮਸਤੇ ਜੀ, ਹਾਂ, ਤੇ ਆਸਟ੍ਰੇਲੀਆ 'ਚ ਸਟੂਡੈਂਟ ਸੀ ਜਦੋਂ, ਅਤੇ ਉਦੋਂ ਐਂ ਲੱਗਦਾ ਹੁੰਦਾ ਸੀ ਵੀ ਆਹ ਸਟਰੀਟ ਹੈ, ਸਮਸਟਨ ਸਟਰੀਟ ਹੈ, ਆਹ ਜਿਲੋਂਗ ਫਿਰਦੇ ਹੈ, ਆਹ ਗ੍ਰੇਟ ਓਸ਼ਨ ਰੋਡ 'ਤੇ ਫਿਰਦੇ ਹੈ। ਅਤੇ ਦੇਖੋ ਕਿਵੇਂ ਪਰਮਾਤਮਾ ਨੇ ਖੇਡ ਰਚਾਇਆ ਕਿ ਅਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਸ ਯੂਜ਼ ਕੀਤੀਆਂ ਜਿਹੜੀਆਂ ਅਸੀਂ ਪਿਛਲੇ 15-20 ਸਾਲਾਂ ਤੋਂ ਦੇਖਦੇ ਸੀਗੇ। ਤੁਸੀਂ ਵੈਸੇ ਕਿੱਥੇ ਰਹਿੰਦੇ ਹੋ ਆਸਟ੍ਰੇਲੀਆ? ਮੈਲਬਨ। ਮੈਲਬਨ ਦੇ ਵਿੱਚ ਰਹਿੰਦੇ ਹੋ ਤੁਸੀਂ? ਐਂਡ ਜਦੋਂ ਤੁਸੀਂ ਪਹਿਲੀ ਵਾਰ ਗਏ ਸੀਗੇ ਤੁਸੀਂ ਮੈਲਬਨ ਹੀ ਗਏ ਸੀਗੇ ਜਾਂ ਤੁਸੀਂ ਮੈਲਬਨ ਹੀ ਗਏ? ਤੇ ਇਹ ਫਿਲਮ ਪੂਰੀ ਕਿੱਥੇ ਸ਼ੂਟ ਹੋਈ ਹੈ, ਮੈਲਬਨ ਜਾਂ? ਹਾਂਜੀ, ਮੈਲਬਨ ਐਂਡ ਅਰਾਊਂਡ ਸਬਰਬਸ ਜਿਹੜੇ ਹੈਗੇ ਨੇ। ਓਕੇ, ਪਰ ਆਪਾਂ ਮੈਲਬਨ ਹੀ ਕਹਿ ਸਕਦੇ ਹਾਂ ਉਹਨੂੰ, ਹਨਾ। ਸੋ ਭਾਜੀ, ਤੁਸੀਂ ਉਹ ਕੈਰੈਕਟਰ ਹੋ ਜਿਹੜਾ ਕਿ ਇਹਨਾਂ ਦੇ ਵਿੱਚ ਆਉਂਦਾ ਦੇ ਮਰਨ ਤੋਂ ਬਾਅਦ, ਤੇ ਇਹਨਾਂ ਦੇ ਜਿਉਂਦੇ ਰਹਿਣ ਦੀ ਵਜ੍ਹਾ ਬਣਦਾ ਹੈ, ਹਨਾ। ਸੋ ਉਹ ਕਰੈਕਟਰ ਪਲੇ ਕਰਨਾ, ਉਹਦਾ ਕੀ ਐਕਸਪੀਰੀਅੰਸ ਸੀਗਾ, ਕਿਉਂਕਿ ਉਹ ਵਿਜ਼ੀਬਲ ਵੀ ਹੈ, ਇਨਵਿਜ਼ੀਬਲ ਵੀ ਹੈ। ਇਹੋ ਜਿਹੇ ਕਰੈਕਟਰ ਹੁੰਦੇ ਟਫ ਹੈ ਵੈਸੇ। ਹਾਂਜੀ, ਵੀ ਜਿਵੇਂ ਹੁਣ ਆਪਾਂ ਉਹ ਤਾਂ ਹੈ ਨਹੀਂ ਜੋ ਕੀਤਾ, ਵੀ ਆਪਾਂ ਹੈਗੇ ਹਾਂ ਪਰ ਨਹੀਂ ਹੈਗੇ, ਤਾਂ ਬੜਾ ਮੁਸ਼ਕਲ ਹੁੰਦਾ ਹੈ ਨਾ, ਉਹ ਫੀਲ ਕਰਨਾ। ਇਹਨਾਂ ਵਾਸਤੇ ਬਹੁਤ ਟਫ ਸੀਗਾ, ਅਸੀਂ ਦੇ ਸਾਹਮਣੇ ਖੜੇ ਪਰ ਇਹਨਾਂ ਨੇ ਫੀਲ ਕਰਨਾ ਵੀ ਨਜ਼ਰ ਇਹਨਾਂ ਨੂੰ ਆ ਰਹੇ, ਕਿਸੇ ਹੋਰ ਨੂੰ ਨਹੀਂ ਆ ਰਹੇ, ਅਤੇ ਅਸੀਂ ਵੀ ਇਹਨੂੰ ਨਜ਼ਰ ਆ ਰਹੇ ਹਾਂ। ਅਤੇ ਹਰਸਿਮਰਨ ਨੇ ਬਹੁਤ ਬਹੁਤ ਖੂਬਸੂਰਤ ਕੰਮ ਕੀਤਾ, ਮੈਂਡੀ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ, ਸਾਡੇ ਕੈਰੈਕਟਰ ਨਵ ਲੈਲ ਬਹੁਤ ਵਧੀਆ ਕੰਮ ਕੀਤਾ। ਪਰ ਇਹਦਾ ਪੂਰਾ ਕ੍ਰੈਡਿਟ ਮੈਂ ਦਊਂਗਾ ਆਪਣੇ ਡਾਇਰੈਕਟਰ ਨੂੰ, ਹਰਜੋਤ ਨੂੰ, ਕਿ ਬਹੁਤ ਵਧੀਆ ਕੰਮ ਕਰਾਇਆ ਉਹਨਾਂ ਨੇ, ਕਹਾਣੀ ਬਹੁਤ ਅੱਛੀ ਲਿਖੀ ਆ, ਸ਼ੂਟ ਬਹੁਤ ਅੱਛੀ ਹੋਈ ਆ, ਅਤੇ ਜਿਹੜੇ ਕਰੈਕਟਰ ਆ ਸਾਰਿਆਂ ਨੂੰ ਕਰਕੇ ਮਜ਼ਾ ਆਇਆ ਬਹੁਤ, ਕਿਉਂਕਿ ਮੇਰੀ ਔਰ ਵੀਰੇ ਦੀ ਕੈਮਿਸਟਰੀ ਬੜੀ ਕਮਾਲ ਸੀਗੀ, ਕਿਉਂਕਿ ਇਹਨਾਂ ਦਾ ਮੇਰਾ ਇੱਕ ਅਟੈਚਮੈਂਟ ਸੀ ਉਸ ਕਰੈਕਟਰ ਦਾ, ਮਤਲਬ ਤੋ ਐਂਡ ਦੇ ਇਮੋਸ਼ਨਸ ਵੀ ਹੈ ਉਹਦੇ ਬਾਰੇ, ਅਤੇ ਪੂਰੀ ਕਹਾਣੀ ਵੀ ਇਸ ਕਰੈਕਟਰ ਕਰਕੇ ਮਾੜੀ ਜਿਹੀ ਪਲਟਦੀ ਆ, ਜਿਹੜਾ ਉਹ ਮਾਹੌਲ ਇੱਕ ਘਟਨਾ ਹੁੰਦੀ ਆ, ਅਤੇ ਬਹੁਤ ਮਜ਼ਾ ਆਇਆ, ਔਰ ਸਾਡੀ ਕੈਮਿਸਟਰੀ ਬਹੁਤ ਖੂਬਸੂਰਤ ਸੀ, ਔਰ ਟ੍ਰੀਟਮੈਂਟ ਵੀ ਕਮਾਲ ਸੀ ਆਸਟ੍ਰੇਲੀਆ ਜੀ ਹਰ ਪੱਖੋਂ, ਸਾਡੇ ਪ੍ਰੋਡਿਊਸਰ ਬਲ ਸਾਹਿਬ ਔਰ ਸਾਰੇ ਜੋ ਪੂਰੀ ਟੀਮ, ਬਹੁਤ ਮਜ਼ਾ ਆਇਆ, ਬਹੁਤ ਮਜ਼ਾ। ਤੁਸੀਂ ਆਸਟ੍ਰੇਲੀਆ ਇਸ ਤੋਂ ਪਹਿਲਾਂ ਗਏ ਸੀ ਫਿਲਮ ਰਿਗਾਰਡਿੰਗ, ਤੁਸੀਂ ਪਹਿਲੀ ਵਾਰ ਗਏ ਸੀ, ਤੁਹਾਨੂੰ ਕਿਵੇਂ ਲੱਗਿਆ? ਮੈਨੂੰ ਬਹੁਤ ਖੂਬਸੂਰਤ ਲੱਗਿਆ, ਮੈਨੂੰ ਸਭ ਤੋਂ ਵਧੀਆ ਕੰਟਰੀ ਉਹ ਲੱਗਦੀ ਹੈ ਆਸਟ੍ਰੇਲੀਆ। ਮੈਂ ਤਾਂ ਕਹੂੰਗਾ ਜਿਹਨੇ ਜਾਣਾ ਅਗਰ ਆਸਟ੍ਰੇਲੀਆ ਜਾਵੇ ਕਿਤੇ ਹੋਰ ਨਾ ਜਾਵੇ। ਮੈਨੂੰ ਉੱਥੇ ਸਵੇਰੇ ਸਵੇਰੇ ਸ਼ੂਟਿੰਗ ਲਈ ਜਾ ਰਹੇ ਤੇ ਮੈਨੂੰ ਡਰਾਈਵਰ ਕਹਿੰਦਾ ਭਾਜੀ ਇਹ ਕਰਾਊਡੀ ਏਰੀਆ ਜੀ, ਤੇ ਉੱਥੇ ਪਤਾ ਕਿੰਨੇ ਬੰਦੇ ਖੜੇ ਸੀ? 50 ਬੰਦੇ, ਆਸਟ੍ਰੇਲੀਆ ਇਜ਼ ਦਾ ਬੈਸਟ ਕੰਟਰੀ ਜਿੱਥੇ ਤੁਸੀਂ ਰਹਿ ਸਕਦੇ ਹੋ। ਉੱਥੇ ਖੂਬਸੂਰਤ ਚੀਜ਼ ਮੈਨੂੰ ਹੋਰ ਲੱਗੀ, ਉੱਥੇ ਜਿੰਨੇ ਆਪਣੇ ਪੰਜਾਬੀ ਨੇ ਨਾ,
ਇੰਨਾ ਕੁ ਸ਼ਾਮ ਨੂੰ ਟਾਈਮ ਨਿਕਲ ਆਉਂਦਾ ਆਪਸ 'ਚ ਮਿਲ ਕੇ ਬੈਠਣ ਦਾ, ਹੋਰ ਕਿਸੇ ਕੰਟਰੀ 'ਚ ਨਹੀਂ ਹੈ। ਇਹ ਦੁੱਖ ਸੁੱਖ ਵੀ ਫਰੋਲਦੇ ਆ, ਮਸਤੀ ਵੀ ਕਰਦੇ ਆ, ਗੱਲਾਂ ਬਾਤਾਂ ਵੀ ਕਰਦੇ ਆ, ਅਗਲੀਆਂ ਪਲਾਨਿੰਗਾਂ ਵੀ ਕਰਦੇ ਆ, ਬਾਕੀ ਮੈਂ ਕਿਤੇ ਨਹੀਂ ਵੇਖੀ, ਬਾਕੀ ਕਿਸੇ ਕੋਲ ਟਾਈਮ ਨਹੀਂ ਹੈ। ਹਾਂਜੀ, ਇਹ ਜਿਵੇਂ ਭਾਅ ਜੀ ਗੱਲ ਕਰ ਰਹੇ ਸੀਗੇ, ਕਿਉਂਕਿ ਮੇਰੀ ਸਿਸਟਰ, ਮੇਰਾ ਬ੍ਰਦਰ ਦੋਵੇਂ ਆਸਟ੍ਰੇਲੀਆ ਰਹਿੰਦੇ ਨੇ, ਅਤੇ ਬਾਕੀ ਮੇਰੀ ਦਾਦਕਾ ਫੈਮਿਲੀ ਕੁਛ ਇੰਗਲੈਂਡ ਰਹਿੰਦੇ ਆ, ਕੁਛ ਕੈਨੇਡਾ ਨੇ, ਕੁਛ ਅਮੈਰੀਕਾ। ਹੁਣ ਉਹਨਾਂ ਨੂੰ 40-45 ਸਾਲ ਹੋ ਗਏ ਸੀ ਰਹਿੰਦਿਆਂ ਨੂੰ, ਪਰ ਜਦੋਂ ਆਸਟ੍ਰੇਲੀਆ ਗਏ ਪਿਛਲੇ, ਮੈਨੂੰ ਲੱਗਦਾ ਉਹ ਵੀ 15 ਕੁ ਸਾਲਾਂ ਤੋਂ ਰਹਿੰਦੇ ਹੋਣੇ ਆ ਉੱਥੇ, ਤਾਂ ਮੈਨੂੰ ਲੱਗਿਆ ਕਿ ਇਹਨਾਂ ਦੀ ਆਊਟਡੋਰ ਲਾਈਫ ਜ਼ਿਆਦਾ ਆ ਐਸ ਕੰਪੈਰੇਟਿਵ ਟੂ ਕੈਨੇਡਾ ਐਂਡ ਯੂ ਐਸ, ਹੈ ਨਾ। ਅਤੇ ਉੱਥੇ ਵੀ ਮੈਂ ਦੇਖਿਆ ਕਿ ਲੋਕ ਸਿਰਫ ਆਪਣੇ, ਜਿਵੇਂ ਆਪਾਂ ਕਹਿੰਦੇ ਕਿ ਉੱਥੇ ਸਿਰਫ ਕਮਰਿਆਂ ਵਿੱਚ ਹੀ ਰਹਿੰਦੇ ਨੇਗੇ, ਬਾਹਰ ਜਾਣ ਲਈ ਥਾਂ ਨਹੀਂ। ਮੈਂ ਉੱਥੇ ਦੇਖਿਆ ਕਿ ਉੱਥੇ ਇੰਡੀਆ ਨਾਲੋਂ ਵੀ ਜ਼ਿਆਦਾ ਵੱਡੇ ਬੈਕਯਾਰਡ ਸੀਗੇ, ਜਿੱਥੇ ਉਹਨਾਂ ਦੇ ਮੰਜੇ ਕੀ, ਤੰਦੂਰ ਕੀ, ਲੱਲਾ ਬਾਬਾ ਜਿੰਨਾ ਸਾਡਾ। ਸੋਰੀ, ਇੱਕ ਮੈਲਬਨ ਦੀ ਖਾਸੀਅਤ ਹੈ, ਇੱਕ ਸਿਰੇ ਤੋਂ ਦੂਜੇ ਸਿਰੇ 'ਤੇ ਜਾਣ ਲਈ 1 ਘੰਟਾ 45 ਮਿੰਟ ਲੱਗਦੇ ਆ। ਇੱਕ ਸਿਰੇ ਤੋਂ ਗੱਲ ਕਰਦਾ ਮੈਂ, ਅੱਜ ਤੋਂ ਅੱਜ ਤੱਕ ਉਹਨਾਂ ਦੀ ਸਿਟੀ ਵੀ ਬਿਲਕੁਲ ਸੈਂਟਰ ਆ, ਜਿਲੋਂ ਤੋਂ ਵੀ ਉਹਨਾਂ ਟਾਈਮ ਇਧਰੋਂ ਵੀ ਸਾਰਾ ਉਹਨਾਂ ਦਾ ਉੱਥੋਂ 1 ਘੰਟਾ ਵਾ ਸਿਟੀ ਨੂੰ, ਜੇ ਮੈਕਸਿਮਮ ਤੁਸੀਂ ਉਹੀ ਗੱਲ ਨਾ ਕਿ 50 ਮਿੰਟ ਚਾਹੇ ਉਧਰੋਂ ਆ ਜਾਓ ਸਿਟੀ 'ਚ ਇਕੱਠੇ ਹੋ ਜਾਓ, ਜਾਂ ਉਧਰੋਂ ਚੱਲ ਜਾਓ ਜਾਂ ਉਧਰੋਂ ਚੱਲ ਜਾਓ। ਸੋ ਮੇਲ ਵਰਤਨ ਜਿਹੜਾ ਹੈਗਾ ਉੱਥੇ ਬਹੁਤ ਈਜ਼ੀ ਹੈ ਸਾਡੇ। ਬਾਕੀ ਜੇ ਕਿਸੇ ਕੋਲ, ਵੀਰ ਭਾਈ ਕੋਲ ਕਿਸੇ ਕੋਲ ਕੋਈ ਸਾਧਨ ਨਹੀਂ ਵੀ ਹੈ, ਤੇ ਪਬਲਿਕ ਟ੍ਰਾਂਸਪੋਰਟ ਬਹੁਤ ਵਧੀਆ, ਹਾਂਜੀ, ਮਿਲਿਆ ਜਾਂਦਾ। ਬਿਲਕੁਲ। ਸੋ ਮੈਂਡੀ, ਤੁਸੀਂ ਕੌਪ ਦਾ ਕਰੈਕਟਰ ਪਲੇ ਕਰ ਰਹੇ ਹੋ, ਸੋ ਤੁਸੀਂ ਆਪਣੇ ਕਰੈਕਟਰ ਦੀ ਜਰਨੀ ਦੱਸੋ ਕੀ ਹੈ। ਫਸਟ ਆਫ ਆਲ ਬਹੁਤ ਹੈਵੀ ਸੀ। ਇਹ ਵੀ ਦੱਸੋ ਕਿ ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਤੁਹਾਨੂੰ ਕਿੱਦਾਂ ਲੱਗਾ? ਪਹਿਲਾਂ ਆਪਾਂ ਯੂਨੀਫਾਰਮ ਦੀ ਗੱਲ ਕਰਦੇ ਹਾਂ। ਬੂਟ ਬਹੁਤ ਹੈਵੀ ਸੀ, ਮੈਨੂੰ ਟ੍ਰੇਨਿੰਗ ਨਾ ਮਿਲਣ ਕਰਕੇ ਮੈਨੂੰ ਆਈ ਥਿੰਕ 1 ਦਿਨ ਲੱਗ ਗਿਆ ਜਸਟ ਟੂ ਬੀ ਏਬਲ ਟੂ ਵਾਕ ਇਨ ਦਾ ਬੂਟਸ। ਯੂਨੀਫਾਰਮ ਪਾ ਕੇ ਪੂਰੀ ਮੈਨੂੰ ਫੀਲਿੰਗ ਚੱਕਦੀ ਸੀ ਔਨ ਸਕ੍ਰੀਨ, ਜਦੋਂ ਵਨ ਦਾ ਕੈਮਰਾ ਇਜ਼ ਰੋਲਿੰਗ, ਵਨ ਦਾ ਕੈਮਰਾ ਇਜ਼ ਨੋਟ ਰੋਲਿੰਗ, ਸੋ ਇਨ ਬਿਟਵੀਨ ਸ਼ੋਟਸ ਥੋੜ੍ਹੀ ਜਿਹੀ ਫੀਲਿੰਗ ਚੱਕ ਲਈ ਉਹਦੀ, ਕਿਸੇ ਨੇ ਤਾਂ ਸਿਰ ਮਾਰ ਦਿੱਤਾ ਤੁਰਦੇ ਫਿਰਦੇ ਸਟਰੀਟਸ 'ਤੇ ਕਿ ਹਾਂ ਮੈਂ ਰੀਅਲ ਕੌਪ ਹੈ। ਐਂਡ ਬਹੁਤ ਵਾਰੀ ਭੁਲੇਖਾ ਲੱਗਦਾ ਵੀ ਸੀ, ਸਾਡੀ ਪੂਰੀ ਕੌਪ ਵਾਲੀ ਟੀਮ 'ਚੋਂ ਮੈਂ ਹੀ ਕੌਪ ਲੱਗਦੀ ਸੀ, ਐਂਡ ਆਈ ਥਿੰਕ ਯੂ ਨੋ ਇਟ ਵਾਜ਼ ਅ ਗੁੱਡ ਕੈਰੇਕਟਰ। ਐਂਡ ਰਹੀ ਗੱਲ ਕੈਨੇਡਾ ਕਹਿੰਦਾ ਮੈਂ ਆਸਟ੍ਰੇਲੀਆ ਐਂਡ ਇੰਗਲੈਂਡ, ਡੈਫੀਨੇਟਲੀ ਮੈਨੂੰ ਆਸਟ੍ਰੇਲੀਆ ਬਹੁਤ ਜ਼ਿਆਦਾ ਖੂਬਸੂਰਤ ਲੱਗਿਆ, ਲੋਕ ਬਹੁਤ ਚੰਗੇ ਨੇ, ਦੇ ਟ੍ਰੀਟ ਯੂ ਰੀਲੀ ਨਾਈਸਲੀ, ਸਾਰਾ ਕੁਛ ਹੀ ਸ਼ਾਮ ਨੂੰ ਬਹੁਤ ਛੇਤੀ ਬੰਦ ਹੋ ਜਾਂਦਾ, ਬਟ ਆਈ ਡੋਟ ਨੋ ਹਾਊ ਆਈ ਫੈਲਟ ਅਬਾਊਟ ਦੈਟ। ਬੰਦ ਕੀ ਹੋ ਜਾਂਦਾ? ਮਤਲਬ ਦ ਸ਼ਾਪਸ ਐਂਡ ਐਵਰੀਥਿੰਗ, ਸ਼ਾਪਸ ਹੁੰਦੀਆਂ, ਲਾਈਫ ਸਟਾਰਟਸ ਦੈਨ। ਓਕੇ, ਠੀਕ ਹੈ, ਦੇ ਸ਼ਾਪਸ ਪੁਆਇੰਟ, ਸ਼ਾਪਸ ਦੈਟਸ ਦ ਥਿੰਗ, ਵੈਨ ਸ਼ਾਪਸ ਕਲੋਜ਼ਸ, ਠੀਕ ਹੈ, ਦੈਨ ਲਾਈਫ ਸਟਾਰਟਸ, ਠੀਕ ਹੈ। ਵਧੀਆ ਰੈਸਟੋਰੈਂਟ 4 ਵਜੇ ਖੁੱਲ੍ਹਣੇ ਸ਼ੁਰੂ ਕਰਦੇ ਆ, ਓਕੇ, ਦੇ ਸੇ ਕਿ ਸ਼ਾਪਿੰਗਾਂ ਤੋਂ ਬਾਹਰ ਨਿਕਲੋ ਸ਼ਾਪਾਂ ਤੋਂ, ਬੈਠੋ ਫੈਮਿਲੀ ਨਾਲ, ਇੱਥੇ ਨਜ਼ਾਰੇ ਲਓ, ਠੀਕ ਹੈ। ਐਂਡ ਹਾਂਜੀ, ਬਹੁਤ ਖੂਬਸੂਰਤ ਹੈ, ਇੰਗਲੈਂਡ ਦੀ ਆਪਣੀ ਮੌਜ ਹੈ, ਰਾਈਟ, ਮੈਨੂੰ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਇੰਗਲੈਂਡ ਆਪਣਾ, ਉਹਦੇ ਨਾਲ ਆਪਣੀ, ਮਤਲਬ ਆਈ ਵਾਸ ਬੋਰਨ ਦੇ, ਸੋ ਮੇਰੀ ਅਟੈਚਮੈਂਟ ਅਲੱਗ ਹੈ। ਅਦਰਵਾਇਜ਼ ਆਸਟ੍ਰੇਲੀਆ ਬਹੁਤ ਖੂਬਸੂਰਤ, ਆਸਟ੍ਰੇਲੀਆ ਤੇ ਆਸਟ੍ਰੇਲੀਆ ਦੇ ਲੋਕ। ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਆਸਟ੍ਰੇਲੀਆ 'ਚ ਸਾਡਾ ਮਿਸਟਰ ਸ਼ੁਦਾਈ ਆ, ਜਿਹੜਾ ਸੀਗਾ ਵਿਜ਼ਨ ਉਹ ਵੈਰੀ ਕਲੀਅਰ ਸੀ, ਕਿਉਂਕਿ ਦੋਸਤ ਹੈ, ਐਜ਼ ਏ ਐਕਟਰ ਮੈਂ ਡਾਇਰੈਕਟਰ ਨੂੰ ਕੁਐਸਚਨ ਨਹੀਂ ਕਰ ਸਕਦਾ, ਪਰ ਐਜ਼ ਏ ਫਰੈਂਡ ਮੈਂ ਕਰ ਸਕਦਾ। ਆਈ ਵਾਸ ਲਾਈਕ ਆਪਾਂ ਨੂੰ ਕਰਨਾ ਚਾਹੀਦਾ, ਇਹ ਕੰਪਲੀਕੇਸ਼ਨਸ ਕਿੰਨੀਆਂ ਹੋਣਗੀਆਂ, ਇੱਥੋਂ ਐਂ ਹੋ ਗਿਆ, ਉਹ ਦਿਖਾਤੀ ਭੂਤ, ਉਹ ਨਹੀਂ ਹੈਗੀ ਆਤਮਾ, ਉਹ ਇੱਦਾਂ ਹੋ ਗਿਆ,
ਫਿਰ ਉਹਨਾਂ ਨੇ ਮੈਨੂੰ ਸਮਝਾਇਆ, ਫਿਰ ਅਸੀਂ ਡਿਸਕਸ਼ਨ ਕੀਤੀ ਸਕ੍ਰਿਪਟ 'ਤੇ, ਬੈਠ ਬੈਠ ਕੇ ਪੜ੍ਹੀ ਆਈਏ ਜਾਂ ਕਿਤੇ ਉਹੀ ਗੱਲ ਜਿਵੇਂ ਟਰੈਵਲ ਕਰਦੇ ਹਾਂ ਘੰਟਾ ਜਾਣ ਨੂੰ ਇੱਧਰ ਉੱਧਰ ਲੱਗ ਜਾਂਦਾ, ਫਿਰ ਉਹਦੇ ਫੋਨ 'ਤੇ ਗੱਲ ਕਰਦੇ ਰਹਿੰਦੇ ਅਤੇ ਲੋਕੇਸ਼ਨਸ ਨਾਲ ਦੀ ਨਾਲ ਜਿਵੇਂ ਜਿਵੇਂ ਸੀਨ ਪੜ੍ਹੀ ਜਾਂਦੇ ਸੀ ਨਾਲ ਦੀ ਨਾਲ ਦਿਮਾਗ 'ਚ ਆਈ ਜਾਂਦੀਆਂ ਸੀ, ਬਿਕੋਜ਼ ਸਾਨੂੰ ਉੱਥੇ ਰਹਿੰਦੇ ਨੂੰ ਬਹੁਤ ਸਾਲ ਹੋ ਗਏ ਬਿਲਕੁਲ, ਅਤੇ ਫਿਰ ਈਜ਼ੀ ਹੋ ਗਿਆ ਕੰਮ ਫਿਰ ਲੱਗਿਆ ਕਿ ਹਾਂ। ਪਰ ਜਿਵੇਂ ਉਹਦੀ ਇੱਕ ਇੱਛਾ ਜਿੱਥੋਂ ਟ੍ਰੇਲਰ ਸ਼ੁਰੂ ਹੁੰਦਾ ਆ, ਫਿਲਮ ਹਾਲੇ ਅਸੀਂ ਨਹੀਂ ਦੇਖੀ ਕਿ ਮੇਰੀ ਤਾਂ ਮਰਨ ਦੀ ਇੱਛਾ ਅਧੂਰੀ ਰਹਿ ਗਈ, ਹੈਨਾ। ਸੋ ਉਹ ਚੀਜ਼ਾਂ ਕਿ ਆਡੀਅੰਸ ਨੂੰ ਵੀ ਕਨਵਿੰਸਿੰਗ ਲੱਗਣਾ ਚਾਹੀਦਾ ਕਿ ਕੋਈ ਨਹੀਂ ਚਾਹੁੰਦਾ ਵੀ ਮੈਂ ਮਰਾਂ ਜੀ, ਰਾਈਟ। ਤੇ ਜਦੋਂ ਉਸ ਕੈਰੈਕਟਰ ਨੂੰ ਲੋਕੀ ਸਕਰੀਨ ਤੇ ਦੇਖਣਗੇ ਤੇ ਉਹਨਾਂ ਨੂੰ ਇਹ ਚੀਜ਼ ਕਨਵਿੰਸਿੰਗ ਲੱਗਣੀ ਚਾਹੀਦੀ ਆ। ਉਹ ਇਹੀ ਹੈ ਨਾ ਕਿ ਇੱਕ ਤਾਂ ਅਨਾਥ ਹੈ ਤੇ ਉਹਦਾ ਡ੍ਰੀਮ ਹੀ ਇਹ ਹੈ ਕਿ ਮੈਂ ਫੈਮਿਲੀ ਬਣਾਉਣੀ ਹੈ। ਓਕੇ, ਸੋ ਵੱਖ ਵੱਖ ਉਹਦੀਆਂ ਗਰਲਫ੍ਰੈਂਡਸ ਹੁੰਦੀਆਂ ਅਤੇ ਅਨਾਥ ਹੋਣ ਦਾ ਕਰਕੇ ਉਹਨੂੰ ਐਕਚੁਅਲ ਦੇ ਵਿੱਚ ਉਹਦੇ ਅਸਲੀ ਨਾਂ ਦਾ ਵੀ ਨਹੀਂ ਪਤਾ, ਉਹਦੀਆਂ ਹਰਕਤਾਂ ਸ਼ੁਦਾਈ ਆ ਰਹੀਆਂ ਅਤੇ ਉਹਨੂੰ ਲੋਕ ਸ਼ੁਦਾਈ ਸ਼ੁਦਾਈ ਕਹਿਣ ਲੱਗ ਗਏ। ਫਿਰ ਜਿਹੜੀ ਕੁੜੀ ਵੀ ਲਾਈਫ 'ਚ ਆਉਂਦੀ ਹੈ ਉਹਨੂੰ ਛੱਡ ਦਿੰਦੀ ਹੈ, ਉਹ ਕਿਸੇ ਕੋਈ ਕੋਈ ਰਿਲੀਜੀਅਸ ਰੀਜ਼ਨ ਹੋ ਸਕਦਾ ਜਾਂ ਕੋਈ ਵੀ ਇੱਦਾਂ ਹੈ ਵੀ, ਅਤੇ ਬਾਕੀ ਸ਼ੁਦਾਈ ਜਾਂ ਇੱਦਾਂ ਹੀ ਹੁੰਦੇ ਆ ਕਿ ਜੇ ਕਿਸੇ ਨੂੰ ਇਹ ਵੀ ਕਹਿ ਦਿਉ ਵੀ ਪਾਣੀ ਦਾ ਗਲਾਸ ਫੜਾ ਦੇ ਚਾਹ ਕੇ ਉਹਨੇ ਉਹ ਵੀ ਡੋਲ ਦੇਣਾ, ਸੋ ਉੱਦਾਂ ਦਾ ਥੋੜ੍ਹਾ ਜਿਹਾ ਕਰੈਕਟਰ ਹੈਗਾ। ਮੈਂ ਕਿਹਾ ਯਾਰ ਵੀ ਇਸ ਨਾਲ ਇਕੱਲੇਪਣ ਨਾਲੋਂ ਤਾਂ ਵੀ ਮਰਨਾ ਚੰਗਾ, ਸੋ ਉਹ ਉਸ ਤਰੀਕੇ ਨਾਲ ਉੱਥੇ ਦਿਖਾਇਆ ਗਿਆ। ਪਰ ਐਟ ਦਾ ਸੇਮ ਟਾਈਮ ਬੜੇ ਬਹੁਤ ਸਾਰੇ ਲੋਕ ਇਹਦੇ ਤੋਂ ਇੱਕ ਸੋਸ਼ਲ ਮੈਸੇਜ ਬਹੁਤ ਵਧੀਆ ਹੋਣਾ ਹੈ ਕਿ ਤੁਹਾਡੇ ਆਲੇ ਦੁਆਲੇ ਹਮੇਸ਼ਾ ਕੋਈ ਨਾ ਕੋਈ ਹੁੰਦਾ ਹੈ, ਅਤੇ ਮੇਰੀ ਫਰਸਟ੍ਰੇਸ਼ਨ ਇਹੀ ਹੈ ਵੀ ਮੇਰੀ ਜ਼ਿੰਦਗੀ 'ਚ ਅਸਲ ਬੰਦਾ ਤਾਂ ਕੋਈ ਆਇਆ ਨਹੀਂ, ਆਈਆਂ ਤਾਂ ਆਈਆਂ ਵੀ ਭੂਤਾਂ, ਸੋ ਇਹ ਉਸ ਤਰੀਕੇ ਨਾਲ 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 ਚੱਲਦੀ ਰਹੀ। ਜਿੱਦਾਂ ਸਰ ਨੇ ਕਿਹਾ ਕਿ ਹਰਸਿਮਰਨ ਉਹਨਾਂ ਦੇ ਲਈ ਜ਼ਿਆਦਾ ਔਖਾ ਸੀਗਾ ਜੀ, ਕਿ ਕੈਰੈਕਟਰ ਨੂੰ ਮਹਿਸੂਸ ਵੀ ਕਰਨਾ ਪਰ ਇਹ ਵੀ ਪ੍ਰਟੈਂਡ ਕਰਨਾ ਕਿ ਉਹਨੂੰ ਦਿਸਦੇ ਨਹੀਂ ਆ, ਹੈ ਨਾ। ਸੋ ਉਹਦੇ ਲਈ ਤੁਸੀਂ ਕੀ ਪ੍ਰੈਪਰੇਸ਼ਨਸ ਕੀਤੀਆਂ ਜਾਂ ਜਦੋਂ ਔਨ ਸੈੱਟ ਚੀਜ਼ਾਂ ਸ਼ੂਟ ਹੋ ਰਹੀਆਂ ਸੀਗੀਆਂ ਤਾਂ ਉਹਦੇ ਲਈ? ਮੈਨੂੰ ਨਾ ਪਤਾ ਨਹੀਂ ਕਿਉਂ, ਸ਼ਾਇਦ ਕਿਤੇ ਪੜ੍ਹਿਆ ਲਿਖਿਆ ਹੋਣਾ ਸੁਣਿਆ ਹੋਣਾ ਕਦੇ ਕਿ ਆਰਟਿਸਟ ਨੂੰ ਹਮੇਸ਼ਾ ਐਕਟਰ ਨੂੰ ਇੱਕ ਕਲੇ ਵਾਂਗੂ ਡਾਇਰੈਕਟਰ ਦੇ ਕੋਲ ਜਾਣਾ ਚਾਹੀਦਾ ਕਿ ਉਹਦਾ ਕੁਛ ਵੀ ਬਣਾ ਲਏ। ਅੱਛਾ, ਸੋ ਡਾਇਰੈਕਟਰ ਸਾਹਿਬ 'ਤੇ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਯਕੀਨ ਕੀਤਾ ਸੀ ਮੈਂ, ਅਤੇ ਕਿਉਂਕਿ ਦੋਸਤ ਵੀ ਮੇਰੇ ਤਾਂ ਕਰਕੇ ਮੈਂ ਕਿਹਾ ਯਾਰ ਚੱਲ ਯਕੀਨ ਹੈਗਾ ਵੀ ਜਿਵੇਂ ਕਹੋਗੇ ਉਵੇਂ ਕਰ ਲਵਾਂਗੇ, ਅਤੇ ਜੋ ਉਹਦੇ 'ਚ ਤੁਹਾਨੂੰ ਦਿਖੂਗਾ ਜੇ ਤੁਸੀਂ ਕਹੋਗੇ ਕਿ ਮੇਰੀ ਐਕਟਿੰਗ ਵਧੀਆ ਆ ਤਾਂ ਉਹ ਡਾਇਰੈਕਟਰ ਸਾਹਿਬ ਦੀ ਵਜ੍ਹਾ ਕਰਕੇ ਹੈ। ਦੂਸਰੀ ਗੱਲ, ਇੰਨੇ ਵਧੀਆ ਐਕਸਪੀਰੀਅੰਸਡ ਮੇਰੇ ਨਾਲ ਆਰਟਿਸਟ ਰਹੇ, ਇਹਨਾਂ ਦਾ ਬਹੁਤ ਯੋਗਦਾਨ ਰਿਹਾ। ਇੱਕ ਗੱਲ ਤੋਂ ਮੈਂ ਬਹੁਤ ਜ਼ਿਆਦਾ ਤੰਗ ਸੀ ਕਿ ਇਹਨਾਂ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਸਾਰਿਆਂ ਦੀ, ਉਹਦੀ ਐਕਟਿੰਗ ਕਰਨੀ ਮੇਰੇ ਲਈ ਬਹੁਤ ਔਖੀ ਸੀ, ਸੋ ਪਰ ਇਹਨਾਂ ਨੇ ਸਾਰਿਆਂ ਨੇ ਹੈਲਪ ਕੀਤੀ ਬਹੁਤ ਮੇਰੀ, ਮੈਂ ਮਤਲਬ ਉੱਥੇ ਅਬਜ਼ਰਵ ਕਰਦੇ ਰਹੇ ਇਹਨਾਂ ਨੂੰ, ਦੇਖ ਲਓ ਇੱਦਾਂ ਕਰ ਲਓ ਇੱਦਾਂ ਕਰ ਲਓ। ਬਾਕੀ ਉਦੋਂ ਮਾਹੌਲ ਹੀ ਇਹੋ ਜਿਹਾ ਸੀ ਜਿਵੇਂ ਵਿਆਹ ਵਾਲਾ ਘਰ ਹੁੰਦਾ ਹੈ ਨਾ, ਵੀ ਚੱਲੀ ਜਾਂਦਾ ਫਨ ਸਾਰਿਆਂ ਨੇ, ਫੈਮਿਲੀ ਸਾਰੇ ਇੱਦਾਂ ਲੱਗਦਾ ਸੀ। ਅਤੇ ਮੈਂਡੀ ਵੈਸੇ ਤਾਂ ਕਹੀ ਜਾਂਦੀ ਹੈ ਕਿ ਮੈਂ ਵਿਆਹ ਕਰਾਉਣਾ, ਵਿਆਹ ਕਰਾ ਲਿਆ ਇਹਨੇ ਇੱਥੇ, ਕਿ ਹੋਣਾ ਚਾਹੀਦਾ ਹੋਣਾ ਚਾਹੀਦਾ। ਫਿਲਮ 'ਚ ਇਹ ਕਹਿੰਦੀ ਨਹੀਂ ਹੋਣਾ ਚਾਹੀਦਾ ਕਿ ਫੈਮਿਲੀ ਕੀ ਹੁੰਦੀ ਹੈ, ਆਈ ਹੇਟ ਫੈਮਿਲੀ, ਡਾਇਲੋਗ ਵੀ ਆਈ ਹੇਟ ਫੈਮਿਲੀ। ਤੇ ਕੁੜੀ ਕੋਈ ਮਿਲਦੀ ਹੈ ਉਹ ਵੀ ਕਹਿੰਦੀ ਆਈ ਹੇਟ ਫੈਮਿਲੀ, ਫਿਰ ਉਸ ਸਿਸਟਮ ਨਾਲ ਚੱਲਦਾ ਹੈ ਫਿਲਮ ਦੇ ਵਿੱਚ ਸਾਰਾ, ਵੈਰੀ ਇੰਟਰਸਟਿੰਗ ਬਣੀ ਹੋਈ ਹੈ। ਬਿਲਕੁਲ, ਜਦੋਂ ਅਨੀ ਦੇ ਮਜ਼ਾਕ ਅਸੀਂ ਸ਼ੂਟ ਕਰ ਰਹੇ ਸੀ ਕਿਉਂਕਿ ਐਮੀ ਭਾਜੀ ਬਲਾਈਂਡ ਪਲੇ ਕਰ ਰਹੇ ਸੀ, ਉਹਦੇ ਵਿੱਚ ਕਹਿੰਦੇ ਉਹ
ਏਡੀ ਉਹਨਾਂ ਨੂੰ ਕਹਿ ਰਹੇ ਨੇ ਭਾਜੀ ਲੁੱਕ, ਉਹ ਕਹਿੰਦੇ ਹੁਣ ਵੀ ਲੁੱਕ, ਹੁਣ ਤਾਂ ਮੈਂ ਦੇਖ ਹੀ ਨਹੀਂ ਸਕਦਾ। ਤੁਹਾਡਾ ਕੰਮ ਬਹੁਤ ਸੋਹਣਾ ਸੀ ਉਹਦੇ ਵਿੱਚ, ਵੈਰੀ ਨਾਈਸ। ਹਾਂ, ਦੂਸਰੀ ਹਜੇ ਤੱਕ ਮੈਂ ਦੇਖੀ ਨਹੀਂ, ਤੇ ਪਰ ਜਦੋਂ ਵੀ ਦੇਖਾਂਗੇ ਆਪਾਂ ਫੋਨ ਤੇ ਗੱਲ ਕਰਾਂਗੇ ਲਾਜ਼ਮੀ। ਮੈਨੂੰ ਉਮੀਦ ਹੈ ਕਿ ਬਹੁਤ ਸੋਹਣਾ ਕੀਤਾ ਹੋਣਾ ਹੋਰ। ਪਰ ਬਹੁਤ ਬਹੁਤ ਵਧੀਆ ਗੱਲ ਕਹੀ ਤੁਸੀਂ, ਇੱਕ ਬਲਾਈਂਡ ਆਦਮੀ ਨੂੰ ਕਹਿ ਰਹੇ ਕਿ ਲੁੱਕ ਦੋ, ਲੁੱਕ ਦੋ, ਬੋਝ ਘੱਟ ਸੀਗਾ ਕਿਉਂਕਿ ਸਾਡੇ ਕੋਲ ਖੁੱਲੀ ਸਪੇਸ ਸੀ, ਅਸੀਂ ਕੁਛ ਵੀ ਕਰੀਏ। ਇਹ ਬੱਧੇ ਹੋਏ ਸੀ, ਇਹਨਾਂ ਨੇ ਮੈਨੂੰ ਵੀ ਪਲੇ ਕਰਨਾ, ਇਹਨਾਂ ਕਰਮਜੀਤ ਭਾਜੀ ਨੂੰ ਵੀ ਪਲੇ ਕਰਨਾ, ਜਿੰਨੇ ਜਿੰਨੇ ਲੋਕ ਨਿਸ਼ਾ ਜੀ ਦਾ ਵੀ ਪਲੇ ਕਰਦੇ ਸੀਗੇ ਕਿ ਜੋ ਬੋਲਦੇ ਸੀ ਇਹਨਾਂ ਨੂੰ ਬੋਲਣਾ ਪੈਂਦਾ ਸੀ, ਉਸ ਜਿਵੇਂ ਮੇਰਾ ਇੱਕ ਆਪਣਾ ਤਰੀਕਾ ਬੋਲਣ ਦਾ, ਤੇ ਇਹਨਾਂ ਨੂੰ ਉਦਾਂ ਹੀ ਬੋਲਣਾ ਪੈਂਦਾ ਸੀ, ਤੇ ਉਹ ਇਹਨਾਂ ਵਾਸਤੇ ਟਫ ਸੀਗਾ, ਸਾਡੇ ਵਾਸਤੇ ਬਹੁਤ ਉਹ ਸੀਗਾ। ਤੇ ਬਾਕੀ ਜੋ ਸ਼ੁਦਾਈ ਦੀ ਗੱਲ ਆਪਾਂ ਕਰਦੇ ਹਾਂ, ਤੇ ਮੈਨੂੰ ਲੱਗਦਾ ਸ਼ੁਦਾਈ ਦਾ ਮਤਲਬ ਹੈ ਜਨੂਨ, ਜਿਹਨੂੰ ਪੈਸ਼ਨ ਕਹਿ ਦਿੰਦੇ ਹਾਂ ਬੇਸਿਕਲੀ। ਸ਼ੁਦਾਈ ਦਾ ਮਤਲਬ ਉਹ ਆ, ਸਾਡੇ ਸ਼ੁਦਾਈ ਥੋੜ੍ਹਾ ਅਸੀਂ ਕਹਿੰਦੇ ਵੀ ਅਬਨੋਰਮਲ ਨੂੰ ਜਾਂ ਮਾੜਾ ਜਿਹਾ ਦਿਮਾਗੀ ਥੋੜ੍ਹਾ, ਪਰ ਜਿਹੜਾ ਇਹ ਕਰੈਕਟਰ ਹੈ ਇਹ ਬੇਸਿਕਲੀ ਇਹਨਾਂ ਦਾ ਪੈਸ਼ਨ ਵਾਲਾ ਕਰੈਕਟਰ ਆ, ਹੈ ਨਾ, ਇੱਕ ਜਨੂਨ ਆ, ਉਹ ਚਾਹੇ ਫੈਮਿਲੀ ਬਣਾਉਣ ਦਾ, ਚਾਹੇ ਇਕੱਲੇ ਰਹਿੰਦੇ ਆ ਤਾਂ ਉਹਨੂੰ ਠੀਕ ਕਰਨ ਦਾ ਹੈ, ਜਾਂ ਦੁਨੀਆ ਦਾ ਉਹਨੂੰ ਲੱਗਦਾ ਕੋਈ ਹੈ ਨਹੀਂ ਯਾਰ ਕੀ ਕਰਨਾ ਹੈ, ਅਤੇ ਉਸ ਤਰ੍ਹਾਂ ਦਾ ਕਰੈਕਟਰ ਦਾ। ਅਤੇ ਜਿਹੜੀਆਂ ਸਾਡੀਆਂ ਜਿਹੜੇ ਚਾਰ ਪੰਜ ਰੂਹਾਂ ਜਿਹੜੀਆਂ ਨੇ, ਅਤੇ ਜਿਵੇਂ ਕਿਤੇ ਓਸ਼ੋ ਨੇ ਵੀ ਲਿਖਿਆ ਬਹੁਤ ਆਪਣੀ ਕਿਤਾਬਾਂ 'ਚ, ਵੀ ਜੇ ਚੰਗੀਆਂ ਰੂਹਾਂ ਹੁੰਦੀਆਂ ਉਹ ਚੰਗੇ ਟਾਈਮ 'ਤੇ ਤੁਹਾਡੇ ਨਾਲ ਤੁਹਾਨੂੰ ਸਪੋਰਟ ਕਰਦੀਆਂ, ਅਤੇ ਬੁਰੀਆਂ ਰੂਹਾਂ ਵੀ ਬੁਰੇ ਟਾਈਮ 'ਤੇ ਸਪੋਰਟ ਕਰਦੀਆਂ। ਉਹਨਾਂ ਨੇ ਬੜੀ ਅੱਛੀ ਉੱਚੀ ਐਗਜ਼ਾਮਪਲਾਂ ਦਿੱਤੀਆਂ ਵੀ ਜਦੋਂ ਕੋਈ ਬੁਰਾ ਕੰਮ ਕਰਦਾ ਤਾਂ ਉਹਨੂੰ ਕੁਛ ਚੀਜ਼ਾਂ ਨੂੰ ਪੁਸ਼ ਕਰਦੀਆਂ ਨੇ, ਔਰ ਬੁਰਾ ਕੰਮ ਕਰਨ ਤੋਂ ਬਾਅਦ 10 ਸੈਕਿੰਡ ਬਾਅਦ ਅਹਿਸਾਸ ਹੁੰਦਾ ਕਿ ਮੈਂ ਕੀ ਕਰਦਾ। ਐਵੇਂ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ, ਤੁਸੀਂ ਕਦੀ ਵੀ ਮਹਿਸੂਸ ਕਰਿਓ ਇਹ ਮੇਰੇ ਨਾਲ ਹੋਇਆ, ਤੁਹਾਨੂੰ ਉਹ ਕਰਨ ਤੋਂ ਬਾਅਦ ਲੱਗਦਾ ਵੀ ਇਹ ਕਿੱਦਾਂ ਹੋ ਗਿਆ ਯਾਰ, ਮੈਂ ਕਿਵੇਂ ਕਰ ਗਿਆ, ਪਰ ਤੁਹਾਡੇ ਨਾਲ ਕਈ ਵਾਰ ਨਾ ਪੂਰੀ ਕਾਇਨਾਤ ਜਿਹੜੀ ਪੋਜ਼ਿਟਿਵ ਆ ਉਹ ਤੁਹਾਡੇ ਨਾਲ ਲੱਗੀ ਹੁੰਦੀ ਆ। ਹਾਂ, ਸੀਰੀਅਸ ਭਾਜੀ ਹੈ, ਮਤਲਬ ਇੱਕ ਕਿਤਾਬ 'ਚ ਲਿਖਿਆ ਵੀ, ਔਰ ਮੈਂ ਇਹ ਫੀਲ ਵੀ ਕੀਤਾ, ਮੈਂ ਇੱਕ ਇੱਕ ਦੌਰ ਦੇ ਵਿੱਚ, ਅਤੇ ਤੁਹਾਨੂੰ ਇਹ ਚੀਜ਼ਾਂ ਸਪੋਰਟ ਕਰਦੀਆਂ। ਔਰ ਜਦੋਂ ਐਕਟਰ ਆ, ਜਦੋਂ ਐਕਟਰ ਅਗਰ ਉਸ ਜ਼ੋਨ 'ਚ ਚਲੇ ਜਾਂਦਾ ਹੈ, ਤਾਂ ਮੈਨੂੰ ਲੱਗਦਾ ਉਦੋਂ ਵੀ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਸਪੋਰਟ ਕਰਦੀਆਂ ਨੇ। ਮੈਂ ਇਹ ਕੁਸ਼ਚਨ ਰੱਖਣ ਵਾਲੀ ਸੀ, ਪਰ ਉਸ ਤੋਂ ਪਹਿਲਾਂ ਕੁਸ਼ਚਨ, ਭਾਵੇਂ ਤੁਸੀਂ ਇੱਕ ਸੋਲ ਦਾ ਕਰੈਕਟਰ ਪਲੇ ਕਰ ਰਹੇ ਹੋ, ਬਟ ਉਹ ਸੋਲ ਦੀ ਵੀ ਕੋਈ ਜਰਨੀ ਹੋਣੀ ਆ, ਉਹਦੀ ਕੀ ਬੈਕਗਰਾਊਂਡ ਆ, ਕੀ ਜਰਨੀ ਆ ਉਹਦੀ? ਦਾਰੂ ਪੀਣੀ ਹੈ ਬਸ, ਕਲੀ ਉਹਦੀ ਲਾਈਫ ਕੀ ਸੀ ਬਿਫੋਰ ਡੈਥ? ਉਹ ਫਿਰ ਉਹ ਕਹਾਣੀ ਰਿਵੀਲ ਨਹੀਂ ਕਰ ਸਕਦੇ, ਉਹ ਕਹਾਣੀ ਦੇ ਹਿੱਸੇ ਨੇ। ਹਰ ਕਰੈਕਟਰ ਦੀ ਆਪਣੀ ਇੱਕ ਜਰਨੀ ਆ, ਤੇ ਜਿਹੜਾ ਇਹ ਕਰੈਕਟਰ ਦਾਰੂ ਪੀਂਦਾ ਹੈ, ਪਰ ਇਹਦੇ ਘਰ 'ਚ ਥੋੜ੍ਹੀ ਚੀਜ਼ਾਂ ਡਿਸਟਰਬ ਨੇ, ਔਰ ਉਸ ਚੀਜ਼ ਨਾਲ ਹੀ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ, ਜਿੱਥੋਂ ਇਹ ਸਾਰੇ ਦੁਨੀਆਂ ਤੋਂ ਵਿਦਾ ਹੋ ਜਾਂਦੇ ਆ, ਅਤੇ ਇਹ ਇਕੱਲੇ ਬਚ ਜਾਂਦੇ ਆ ਇੱਕ, ਫਿਰ ਇਕੱਲੇ ਦਾ ਇਕੱਲਾ, ਹਾਂ ਫਿਰ ਇਕੱਲੇ ਦਾ ਇਕੱਲਾ, ਫਿਰ ਵਾਪਸ ਉਹ ਆਉਂਦੇ ਸਾਰੇ ਇਹਦੀ ਮਦਦ ਕਰਨ ਵਾਸਤੇ ਵੀ ਯਾਰ ਇੱਕਦਾਂ ਹੋ ਗਿਆ ਸਾਰਾ ਕੁਛ, ਪੂਰੀ ਕਹਾਣੀ ਦਾ ਉਹ ਤਾਣਾ ਬਣਾ ਜਿਹੜਾ ਉਹਦਾ ਉਲਝਾ। ਬਿਲਕੁਲ, ਮੈਨੂੰ ਤੁਹਾਡਾ ਕਰੈਕਟਰ ਕਿਉਂ ਕਹਿੰਦਾ ਆਈ ਹੇਟ ਫੈਮਿਲੀ? ਉਹਦੀ ਆਪਣੀ ਜਰਨੀ ਹੈ ਕਿਰਦਾਰ ਦੀ। ਇਨਫੈਕਟ ਮਿਸਟਰ ਸ਼ੁਦਾਈ ਅਤੇ ਤਹਿਜ਼ੀਬ ਜੋ ਕਿਰਦਾਰ ਦਾ ਨਾਮ ਹੈ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸਿਮਿਲੈਰਿਟੀਜ਼ ਨੇ, ਬਿਕੋਜ਼ ਸ਼ੀ ਇਜ਼ ਲੋਨਲੀ। ਮਿਸਟਰ ਸ਼ੁਦਾਈ ਓਫਨ ਹੁੰਦੇ ਨੇ, ਪਰ ਉਹ ਤਹਿਜ਼ੀਬ ਦਾ ਸਿਰਫ ਫਾਦਰ ਹੈ ਐਂਡ ਹੀ ਇਜ਼ ਐਨ ਅਲਕੋਹਲਿਕ। ਓਕੇ, ਸੋ ਇੱਕ ਅਲੱਗ ਜਰਨੀ ਹੈ। ਦੈਨ ਫਿਰ ਮਦਰ ਨਹੀਂ ਹੁੰਦੀ, ਦੈਨ ਸ਼ੀ ਹੈਜ਼ ਅਨਦਰ ਰਿਸਪੋਂਸਿਬਿਲਿਟੀ, ਹਰ ਨੈਫਿਊ, ਐਂਡ ਦੈਨ ਇਕੱਲਾਪਨ ਬਹੁਤ ਮਹਿਸੂਸ ਕਰਦੀ ਹੈ। ਦੈਟਸ ਵਾਈ ਸ਼ੀ ਹੇਟਸ ਫੈਮਿਲੀ, ਬਿਕੋਜ਼ ਸ਼ੀ ਥਿੰਕਸ ਕਿ ਬਸ ਇਟ ਜਸਟ ਫੈਮਿਲੀ ਬਸ ਗਮ ਦਿੰਦੀ ਹੈ, ਦੁੱਖ ਦਿੰਦੀ ਹੈ, ਬਿਕੋਜ਼ ਉਹਨੂੰ ਉਹ ਪਿਆਰ ਨਹੀਂ ਮਿਲਿਆ ਜਾਂ ਮਾਂ ਨਹੀਂ ਮਿਲੀ, ਜਾਂ ਫਿਰ ਯੂ ਨੋ ਫਾਦਰ ਵੀ ਤੰਗ ਕਰਦਾ। ਸੋ ਸ਼ੀ ਇਜ਼ ਆਲਸੋ ਅ ਡਿਪਰੈਸਡ ਪੇਸ਼ੈਂਟ, ਮਿਸਟਰ ਸ਼ੁਦਾਈ ਇਜ਼ ਆਲਸੋ ਅ ਡਿਪਰੈਸਡ ਪੇਸ਼ੈਂਟ, ਐਂਡ ਦੈਨ ਫਿਰ ਬਿਕੋਜ਼ ਇਹ ਗੋਸ ਸਾਰੇ ਕੰਮ ਕਰਾਉਂਦੇ ਨੇ ਅਲੱਗ ਅਲੱਗ ਮਿਸਟਰ ਸ਼ੁਦਾਈ ਤੋਂ, ਸੋ ਦੈਨ ਉਹ ਪਹੁੰਚ ਜਾਂਦੀ ਹੈ, ਕਿਉਂਕਿ ਉਹ ਅਫਸਰ ਨਹੀਂ ਹੁੰਦੀ ਹੈ,
ਸਾਨੂੰ ਲੱਗਦਾ ਕਿ ਲਾਈਕ ਪਤਾ ਹੈ ਅੱਲਾ ਕਿ ਤਾਂ ਹੈ ਸ਼ਦਾਈ ਟਾਈਪਸ ਐਂਡ ਯੂ ਨੋ ਹੋਰ ਜਸਟ ਐਡਸ ਟੂ ਦ ਪਲੋਟ ਸੋ ਦੀ ਪਰ ਕੈਰੈਕਟਰਾਈਜ਼ਨ ਕੈਰੈਕਟਰਾਈਜ਼ੇਸ਼ਨ ਬਹੁਤ ਬਿਊਟੀਫੁਲ ਹੈ ਬੀ ਇਟ ਦ ਡਰੰਕ ਗੋਸਟ ਆਪਾਂ ਸੁੱਖੀ ਜੀ ਨੂੰ ਕਹੀਦਾ ਜਾਂ ਫਿਰ ਦ ਸਿੰਗਰ ਗੋਸਟ ਕਰਮਜੀਤ ਮੋਲ ਜੀ ਦ ਕਰਾਈਂਗ ਗੋਸਟ ਨਿਸ਼ਾ ਜੀ ਯੂ ਨੋ ਦ ਕਿਡ ਜੋ ਖਾਂਦਾ ਰਹਿੰਦਾ ਹੈ ਐਂਡ ਦੈਨ ਮਿਸਟਰ ਸ਼ੁਦਾਈ ਹੂ ਸੁਸਾਈਡਲ ਦੈਨ ਤਹਿਜ਼ੀਬ ਹੂ ਇਜ਼ ਡਿਪਰੈਸਡ ਇਜ਼ ਅ ਕੌਪ ਐਂਡ ਹੇਟਸ ਫੈਮਿਲੀ ਉਹਦੀ ਅਲੱਗ ਜਾਣੀ ਹੈ ਬਟ ਜਿੰਨੇ ਵੀ ਇਸ਼ੂਜ਼ ਨੇ ਸਾਰਿਆਂ ਨੂੰ ਉਹ ਮਤਲਬ ਐਂਡ 'ਚ ਸਭ ਜੁੜ ਜਾਂਦੇ ਨੇ ਐਂਡ ਦੇਰ ਇਜ਼ ਅ ਰਿਜ਼ੋਲਵ ਫਾਰ ਐਵਰੀਥਿੰਗ ਕਿ ਦ ਬਿਊਟੀਫੁਲ ਮੈਸੇਜ ਆਫ ਦ ਫਿਲਮ ਇਜ਼ ਕਿ ਸੁਇਸਾਈਡ ਇਜ਼ ਨੋਟ ਦੀ ਆਨਸਰ ਡਿਪਰੈਸ਼ਨ ਇਜ਼ ਨੋਟ ਦੀ ਆਨਸਰ ਇਕੱਲਾਪਨ ਇਜ਼ ਨੋਟ ਦੀ ਆਨਸਰ ਮਿਲ ਜੁਲ ਕੇ ਟੇਕ ਕੇਅਰ ਆਫ ਈਚ ਅਦਰ ਇਹਦੇ ਨਾਲ ਇੱਕ ਗੱਲ ਸੋਰੀ ਮੈਂ ਗੱਲ ਗੱਲ ਮਿਲ ਜਾਣਾ ਚਾਹੀਏ ਇਸ ਨਾਲ ਇੱਕ ਇਸ ਸਬਜੈਕਟ 'ਚ ਇੱਕ ਬੜੀ ਖੂਬਸੂਰਤੀ ਆ ਕਿ ਬੰਦਾ ਇਕੱਲਾ ਹੋ ਕੇ ਵੀ ਦੁਨੀਆਂ 'ਚ ਹੈਗਾ ਅਤੇ ਦੁਨੀਆਂ 'ਚ ਰਹਿ ਕੇ ਵੀ ਇਕੱਲਾ ਇਹ ਸਬਜੈਕਟ 'ਚ ਬਹੁਤ ਖੂਬਸੂਰਤ ਆ ਇਹ ਆਪਣੇ ਨੂੰ ਇਕੱਲਾ ਸਮਝਦੇ ਪਰ ਦੁਨੀਆਂ ਦੇ ਨਾਲ ਆ ਇਹਨਾਂ ਕੋਲ ਦੁਨੀਆਂ ਹੈਗੀ ਆ ਪਰ ਇਕੱਲੇ ਹੈ ਨਾ ਅਤੇ ਉਹ ਡਿਪੈਂਡ ਕਰਦਾ ਕਿਉਂਕਿ ਤੁਹਾਨੂੰ ਫਾਈਟ ਕਰਨੀ ਪੈਣੀ ਆ ਇਕੱਲੇ ਰਹਿ ਕੇ ਵੀ ਦੁਨੀਆਂ 'ਚ ਐਡਜਸਟ ਕਰਨਾ ਦੁਨੀਆਂ 'ਚ ਰਹਿ ਕੇ ਵੀ ਇਕੱਲੇ ਹੋਣਾ ਅਤੇ ਇਹ ਤੁਹਾਡਾ ਆਪਣਾ ਇਨਰ ਆ ਬੇਸਿਕਲੀ ਅਤੇ ਮੈਨੂੰ ਲੱਗਦਾ ਵੀ ਤੁਸੀਂ ਇਕੱਲੇ ਹੀ ਹੋ ਜੀਣਾ ਇਕੱਲੇ ਹੀ ਆ ਬਾਕੀ ਸਾਰੇ ਬਹਾਨੇ ਆ ਜਿੰਨੇ ਆਸ ਪਾਸ ਸਾਡੇ ਵਹਿਮ ਨੇ ਜਿੰਨੇ ਵੀ ਅਸੀਂ ਕ੍ਰੀਏਟ ਕੀਤੇ ਨੇ ਤੋ ਇਸ ਸਬਜੈਕਟ ਦਾ ਇੱਕ ਇਹ ਵੀ ਬਹੁਤ ਇੱਕ ਨਾ ਥਿਨ ਲਾਈਨ ਹੈ ਇਹਦੇ ਵਿੱਚ ਜਿਹੜੀ ਤੁਹਾਨੂੰ ਕਿਤੇ ਨਾ ਕਿਤੇ ਮਹਿਸੂਸ ਹੋਏਗੀ ਹਰ ਜਗ੍ਹਾ ਬਿਲਕੁਲ ਸੁਣੀ ਸੁਣਾਈ ਗੱਲ ਹੈ ਪਰ ਸਭ ਤੋਂ ਲੋਨਲੀ ਲੋਕ ਉਹ ਹੁੰਦੇ ਆ ਜੋ ਲਾਈਕ ਔਨ ਅ ਹਾਇਰ ਲੈਵਲ ਹੈਵ ਟੂ ਮੈਨੀ ਪੀਪਲ ਅਰਾਊਂਡ ਰਾਈਟ ਯੂ ਨੋ ਇਟਸ ਜਿਨ੍ਹਾਂ ਦੇ ਵਿੱਚੋਂ 10 ਨੂੰ ਕੋਈ ਨਾ ਕੋਈ ਮੈਂਟਲ ਜਾਂ ਪਰਸਨੈਲਿਟੀ ਡਿਸਆਰਡਰ ਹੁੰਦਾ ਹੀ ਹੁੰਦਾ ਹੈ ਉਹਦੇ ਵਿੱਚੋਂ ਸਿਰਫ 6 ਤਰ੍ਹਾਂ ਦੇ ਲੋਕ ਨੇ ਜਿਹੜੇ ਪੂਰੀ ਤਰ੍ਹਾਂ ਨਾਲ ਹੈਲਦੀ ਲੋਕੀ ਹੁੰਦੇ ਨੇ ਨਾ ਸੋ ਉਹਦੇ ਵਿੱਚੋਂ ਪਰਸਨੈਲਿਟੀ ਡਿਸਆਰਡਰ ਵੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਜਿਵੇਂ ਕਹਿ ਦਿੰਦੇ ਹਾਂ ਕਿ ਕਸਰ ਹੋ ਗਈ ਕਿਸੇ ਨੂੰ ਉਹ ਵੀ ਇੱਕ ਡਿਸਆਰਡਰ ਮੈਂਟਲ ਡਿਸਆਰਡਰ ਇਲਨੈਸ ਤੁਸੀਂ ਕਹਿ ਸਕਦੇ ਹੋ ਨਾ ਬਟ ਮੈਂਡੀ ਤੁਸੀਂ ਮੈਂਟਲ ਹੈਲਥ 'ਤੇ ਕੁਛ ਆਪਣੇ ਵੱਲੋਂ ਕਹਿਣਾ ਚਾਹੋਗੇ ਮੈਂਟਲ ਹੈਲਥ ਸੀ ਅਵੇਅਰਨੈਸ ਮੈਂਟਲ ਹੈਲਥ ਦੀ ਹੁਣ ਦੇ ਟਾਈਮ ਵਿੱਚ ਕਾਫੀ ਆਈ ਥਿੰਕ ਉੱਭਰ ਕੇ ਬਾਹਰ ਆਉਂਦੀ ਆ ਪ੍ਰੀਵੀਅਸਲੀ ਆਈ ਥਿੰਕ ਪੀਪਲ ਡਿਡਨਟ ਪੇ ਅਟੈਂਸ਼ਨ ਇਟ ਆਲਵੇਜ਼ ਜੋ ਮੈਂ ਅਗੇਨ ਸੁਣਿਆ ਕਿ ਕੋਈ ਡਿਪਰੈਸਡ ਹੈ ਜਾਂ ਫਿਰ ਉਹਨਾਂ ਦੀ ਮੈਂਟਲ ਹੈਲਥ ਲੈਵਲ ਬਹੁਤ ਲੋ ਹੈ ਯੂਜਲੀ ਲੋਕ ਹੀ ਕਹਿੰਦੇ ਸੀਗੇ ਕਿ ਉਹ ਪੋਜ਼ੈਸਡ ਨੇ ਕੋਈ ਇਹਦੇ ਅੰਦਰ ਮਾਤਾ ਆਉਂਦੀ ਹੈ ਜਾਂ ਫਿਰ ਕੋਈ ਚਿੰਬੜ ਗਿਆ ਜਾਂ ਇੱਦਾਂ ਕੁਛ ਹੀ ਨਾ ਬਿਕੋਜ਼ ਅਵੇਅਰਨੈਸ ਨਹੀਂ ਹੁੰਦੀ ਸੀਗੀ ਅੱਜ ਕੱਲ੍ਹ ਲੋਕ ਮੈਂਟਲ ਹੈਲਥ ਬਾਰੇ ਗੱਲ ਵੀ ਬਹੁਤ ਕਰਦੇ ਨੇ ਤਾਂ ਉਹਨੂੰ ਰਿਜ਼ੋਲਵ ਵੀ ਕਰਦੇ ਨੇ ਥੈਰੇਪੀ ਵੀ ਲੈਂਦੇ ਨੇ ਵਿਚ ਇਜ਼ ਨਾਈਸ ਜੇ ਤੁਹਾਨੂੰ ਆਪ ਰਿਅਲਾਈਜੇਸ਼ਨ ਹੈਗੀ ਆ ਪਰ ਰਿਅਲਾਈਜ਼ ਕਰਨਾ ਜ਼ਰੂਰੀ ਹੈ ਕਿ ਮੈਨੂੰ ਮੈਂਟਲ ਹੈਲਥ ਇਸ਼ੂ ਹੈ ਪ੍ਰੋਪਰ ਜਾਂ ਫਿਰ ਇੱਕ ਸਿਰਫ ਜ਼ਿੰਦਗੀ ਦਾ ਲੋ ਫੇਜ਼ ਹੈ ਦੈਟ ਵਿਲ ਪਾਸ ਇਟਸ ਅਪ ਟੂ ਯੂ ਤੁਹਾਨੂੰ ਲੱਗਦਾ ਕਿ ਲੋ ਫੇਜ਼ ਵੀ ਨਹੀਂ ਹੈਂਡਲ ਹੋ ਰਿਹਾ ਯੂ ਨੀਡ ਥੈਰੇਪੀ ਦੈਨ ਦੇਅਰ ਇਜ਼ ਸੋ ਮਚ ਅਵੇਲੇਬਲ ਰਾਈਟ ਨਾਓ ਐਂਡ ਅੱਜ ਕੱਲ੍ਹ ਕੋਈ ਝਿਜਕਤਾ ਨਹੀਂ ਐਮਬੈਰਸਮੈਂਟ ਨਹੀਂ ਫੀਲ ਹੁੰਦੀ ਜੇ ਕੋਈ ਕਹਿ ਵੀ ਦੇਵੇ ਆਈ ਹੈਵ ਮੈਂਟਲ ਹੈਲਥ ਇਸ਼ੂਜ਼ ਅੱਜ ਕੱਲ੍ਹ ਐਕਸੈਪਟ ਕਰਦੇ ਨੇ ਰੀਸੈਂਟਲੀ ਸਾਡੇ ਇੱਕ ਗੈਸਟ ਆਏ ਹੋਏ ਸੀਗੇ ਤਾਂ ਉਹਨਾਂ ਨੇ ਇੱਕ ਲੈਟਰ 'ਚ ਆਪਣੀ ਛੁੱਟੀਆਂ ਉਹਨਾਂ ਨੇ ਐਕਸਟੈਂਡ ਕਰਵਾਉਣੀਆਂ ਸੀ ਐਂਡ ਉਹਨਾਂ ਨੇ ਉਹਦੇ ਵਿੱਚ ਲਿਖਿਆ ਆਈ ਹੈਵ ਮੈਂਟਲ ਹੈਲਥ ਇਸ਼ੂਜ਼ ਆਈ ਨੀਡ 2 ਵੀਕਸ ਆਫ ਇਟਸ ਐਕਸੈਪਟਡ ਉਹ ਤਾਂ ਜਮੀ ਬਹਾਨਾ ਸੀ ਮੈਨੂੰ ਸੋਰੀ ਮੈਂ ਵਿੱਚ ਬੋਲਣ ਲੱਗਿਆ ਕਿਉਂਕਿ ਇਹਨੂੰ ਵੱਡਿਆ ਹੀ ਬਹੁਤ ਪੇਸ਼ ਕੀਤਾ ਗਿਆ ਹੈ ਹਮੇਸ਼ਾ ਮੈਂਟਲ ਹੈਲਥ ਦਾ ਤਾਂ ਕੋਈ ਬਹੁਤ ਘੱਟ ਲੋਕ ਗੱਲ ਕਰਦੇ ਹੈ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਥੈਂਕ ਗੋਡ ਕਈ ਵਾਰੀ ਚੀਜ਼ਾਂ ਦਾ ਨਾ ਪਤਾ ਹੋਣਾ ਵੀ ਬਹੁਤ ਵਧੀਆ ਹੁੰਦਾ ਬਿਲਕੁਲ ਬਿਲਕੁਲ ਜਿਵੇਂ ਬਾਕੀ ਕੰਟਰੀਜ਼ ਦੇ ਵਿੱਚ ਯੂ ਐਸ ਕੈਨੇਡਾ ਦੇ ਵਿੱਚ ਕਈ ਵਾਰੀ ਗਨ ਲੈ ਕੇ 50 ਬੰਦੇ ਮਾਰ ਦਿੰਦਾ ਕੋਈ
ਟਰੱਕ ਤੇ ਚੜਾ ਆਂਦਾ ਆਪਣੇ ਤਾਂ ਇੱਥੇ ਦੁਨੀਆ ਚੱਲਦੀ ਰੱਬ ਆਸ ਰਹੇ ਆ ਜੇ ਕਿਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਮੈਂਟਲ ਇਸ਼ੂ ਆ ਕੋਈ ਸਾਨੂੰ ਡਿਪਰੈਸ਼ਨ ਹੈ ਤਾਂ ਬਹੁਤ ਕੁਛ ਹੋਣ ਲੱਗ ਜਾਂਦਾ ਪਰ ਐਟ ਦ ਸੇਮ ਟਾਈਮ ਪਤਾ ਹੋਣਾ ਪ੍ਰੋਬਲਮ ਦਾ ਇਜ਼ ਵੈਰੀ ਇੰਪੋਰਟੈਂਟ ਉਹਦਾ ਹੱਲ ਨਿਕਲਿਆ ਜਿਵੇਂ ਮੈਂਡੀ ਉਹਨਾਂ ਨੇ ਕਿਹਾ ਕਿ ਇਹ ਚੀਜ਼ ਪਤਾ ਹੋਣੀ ਕਿਉਂਕਿ ਕਈ ਵਾਰੀ ਅਸੀਂ ਵੀ ਇੱਥੇ ਕਹਿ ਦਿੰਦੇ ਹਾਂ ਕਿ ਪਤਾ ਨਹੀਂ ਤਾਂ ਮੈਂ ਇਸ ਟਾਈਮ ਡਿਪਰੈਸ ਹਾਂ ਜਾਂ ਮੈਂ ਮੈਂਟਲੀ ਸਹੀ ਨਹੀਂ ਚੱਲ ਰਹੀ ਹੈਗੀ ਤਾਂ ਇਹ ਚੀਜ਼ਾਂ ਹੋ ਰਹੀਆਂ ਨੇਗੀਆਂ ਜਾਂ ਓਵਰ ਬਰਡਨ ਆ ਕੁਛ ਆ ਪਰ ਮੈਨੂੰ ਲੱਗਦਾ ਕਿ ਹਾਂ ਉਹ ਚੀਜ਼ਾਂ ਤਾਂ ਪਤਾ ਨਹੀਂ ਕਰਨਾ ਆਪਾਂ ਬੇਸਿਕਲੀ ਜਿਹੜੇ ਡਿਪਰੈਸ਼ਨ ਪੇਸ਼ੈਂਟਸ ਹੁੰਦੇ ਨੇ ਸੁਸਾਈਡਲ ਤੋਂ ਲੈ ਕੇ ਦੇ ਅੰਡਰ ਦੇ ਔਨ ਹੈਵੀ ਮੈਡੀਕੇਸ਼ਨਸ ਹੈਨਾ ਸੋ ਇਫ ਯੂ ਨੋ ਆਈ ਮੀਨ ਆਮ ਅਗੇਨ ਵਿਦਆਊਟ ਟ੍ਰਾਈਂਗ ਵਿਦਆਊਟ ਪਾਸਿੰਗ ਅ ਜਜਮੈਂਟ ਇਫ ਯੂ ਨੋਟ ਔਨ ਹੈਵੀ ਮੈਡੀਕੇਸ਼ਨਸ ਯੂ ਨੋਟ ਸੁਸਾਈਡਲ ਲੈਟਸ ਨੋਟ ਆਪਣੇ ਆਪ ਨੂੰ ਡਾਇਗਨੋਸ ਨਾ ਕਰੋ ਕਿ ਡਿਪਰੈਸ਼ਨ ਹੈ ਇਟਸ ਜਸਟ ਅ ਲੋ ਫੇਜ਼ ਤੁਸੀਂ ਜਿੰਨੀ ਛੇਤੀ ਫਿਰ ਬਲੈਸਿੰਗ ਸ਼ੁਕਰਾਨੇ 'ਚ ਜੀਣਾ ਸ਼ੁਰੂ ਕਰ ਦੋਗੇ ਗ੍ਰੈਟੀਟਿਊਡ ਐਟੀਟਿਊਡ ਉਨੀ ਛੇਤੀ ਤੁਹਾਡੇ ਯੂ ਕੈਨ ਟਰਨ ਅਰਾਊਂਡ ਯੋਰ ਓਨ ਲਾਈਫ ਦੈਟਸ ਇਟ ਮੈਨੂੰ ਲੱਗਦਾ ਜੀ ਸੋਰੀ ਗੱਲ ਕਰ ਰਿਹਾ ਮੈਨੂੰ ਲੱਗਦਾ ਵੀ ਇਹ ਨਾ ਅੱਜ ਤੋਂ ਤੁਸੀਂ ਬਹੁਤ ਛੋਟੇ ਸਾਰੇ ਹੀ ਹਾਲਾਂਕਿ ਮੈਂ ਵੀ ਉਹਨਾਂ ਬੁੱਢਾ ਨਹੀਂ ਹੈਗਾ ਪਰ ਜਿੰਨਾ ਕਿ ਮੈਂ ਪੜ੍ਹਿਆ ਜਾਂ ਸੁਣਿਆ ਵੀ ਜੇ ਤੁਸੀਂ 60 ਸਾਲ ਪਿੱਛੇ ਚਲ ਜਾਓ ਠੀਕ ਆ ਤੁਹਾਨੂੰ ਬਹੁਤ ਘੱਟ ਡਿਵੋਰਸ ਮਿਲਦੇ ਸੀ ਤੁਹਾਨੂੰ ਬਹੁਤ ਘੱਟ ਸੁਸਾਈਡ ਲੋਕ ਕਰਦੇ ਸੀ ਬਹੁਤ ਘੱਟ ਔਰ ਡਿਪਰੈਸ਼ਨ ਸ਼ਬਦ ਜ਼ਿੰਦਗੀ 'ਚ ਨਹੀਂ ਸੀਗਾ ਇਹ ਅਸੀਂ ਕ੍ਰੀਏਟ ਕਰ ਲਿਆ ਕਿਉਂਕਿ ਉਦੋਂ ਵਿਲ ਪਾਵਰ ਬਹੁਤ ਸਟਰੋਂਗ ਸੀਗੀ ਲਾਈਫ ਸਟਾਈਲ ਮੈਂ ਉਹੀ ਕਹਿ ਰਿਹਾ ਫੈਮਿਲੀ ਸਟਰਕਚਰ ਸਾਡੇ ਇਹ ਅਸੀਂ ਆਹ ਬੈਲ ਮੁਝੇ ਮਾਰ ਇਹ ਅਸੀਂ ਆਪ ਤਿਆਰ ਕੀਤੇ ਆ ਡਿਪਰੈਸ਼ਨ ਸ਼ਬਦ ਹੈ ਹੀ ਨਹੀਂ ਕੋਈ ਬੇਸਿਕਲੀ ਡਿਪਰੈਸ਼ਨ ਕਿਸੇ ਗੱਲ ਦਾ ਚਲੋ ਮੈਂ ਰਾਜਾ ਬਣਨਾ ਮੈਂ ਨਹੀਂ ਬਣ ਸਕਿਆ ਕੀ ਕਰੂੰਗਾ ਮੈਂ ਸੁਸਾਈਡ ਕਰ ਲੂੰਗਾ ਇਹ ਤਾਂ ਕੋਈ ਤਰੀਕਾ ਨਹੀਂ ਨਾ ਹੈਗਾ ਤੁਹਾਨੂੰ ਆਪਣੀ ਰੇਂਜ ਖੁਦ ਪਤਾ ਹੋਣੀ ਚਾਹੀਦੀ ਕਿ ਮੈਂ ਕੀ ਕਰ ਸਕਦਾ ਜਿਵੇਂ ਇੱਕ ਐਕਟਰ ਆ ਉਹਨੂੰ ਸੈਲਫ ਐਨਾਲਿਸਿਸ ਜ਼ਰੂਰੀ ਆ ਕਿ ਮੈਂ ਕਿੱਥੇ ਕੁ ਸਟੈਂਡ ਕਰਦਾ ਹੁਣ ਹਰ ਬੰਦਾ ਸ਼ਾਹਰੁਖ ਖਾਨ ਬਣਨਾ ਚਾਹੁੰਦਾ ਨਹੀਂ ਬਣ ਸਕਦਾ ਉਹਨੂੰ ਸੁਸਾਈਡ ਕਰ ਲਏ ਬਿਲਕੁਲ ਇਹ ਤਾਂ ਗਲਤੀ ਕਿਹਦੀ ਆ ਹੈ ਨਾ ਅਤੇ ਇਹ ਡਿਪਰੈਸ਼ਨ ਅਸੀਂ ਆਪ ਇਨਵਾਈਟ ਕਰਦੇ ਹਾਂ ਮੈਨੂੰ ਲੱਗਦਾ ਵੀ ਕਿਤੇ ਹੈ ਨਹੀਂ ਔਰ ਇਹਦੇ 'ਚ ਇੱਕ ਹੀ ਚੀਜ਼ ਆ ਸਾਡਾ ਬੇਸ ਸਾਡੀ ਸ਼ਿਕਸ਼ਾ ਸਾਡਾ ਪਰਿਵਾਰਿਕ ਬੇਸ ਜੇ ਸਾਡੇ ਘਰੇ ਇਹ ਮਜ਼ਬੂਤੀ ਹੋਵੇ ਤਾਂ ਬੰਦਾ ਕਦੀ ਉਸ ਪਾਸੇ ਨਹੀਂ ਜਾਂਦਾ ਪਹਿਲਾਂ ਕੀ ਹੁੰਦਾ ਸੀਗਾ ਵੀ ਜੇ ਕੋਈ ਬੰਦਾ ਕਹਿੰਦਾ ਮੈਂ ਆਹ ਕਰ ਲੱਗਿਆ ਤਾਂ ਚਪੇੜ ਲੱਗਦੀ ਸੀ ਅਤੇ ਆਪਾਂ ਸੁਣਿਆ ਵੀ ਸਕੂਲੋਂ ਮਾਸਟਰ ਮਾਰਦਾ ਸੀ ਘਰੇ ਪਿਓ ਮਾਰਦਾ ਸੀ ਅਤੇ ਹੁਣ ਜੇ ਮਾਸਟਰ ਮਾਰੇ ਤਾਂ ਮਾਂ ਬਾਪ ਜਾ ਕੇ ਚੜ ਜਾਂਦੇ ਆ ਘਰੇ ਮੇਰਾ ਪੁੱਤੀ ਕਰਕੇ ਇੰਨਾ ਲਾਡ ਕਰਤਾ ਅਸੀਂ ਉਹਨਾਂ ਨੂੰ ਅਸੀਂ ਸਟਰੋਂਗ ਬਣਾਇਆ ਨਹੀਂ ਤਾਂ ਜਿਹੜਾ ਇਮਿਊਨ ਸਿਸਟਮ ਉਹ ਵੀ ਕਮਜ਼ੋਰ ਆ ਅਤੇ ਵਿਲ ਪਾਵਰ ਵੀ ਕਮਜ਼ੋਰ ਉਹਨਾਂ ਲੋਕਾਂ ਦੀ ਅਤੇ ਉਹ ਨੈਚੁਰਲੀ ਉਹ ਮੈਂ ਚੱਲਿਆ ਜੀ ਮੈਂ ਇੱਥੇ ਦੇਖਦਾ ਭਾਅ ਜੀ ਪੰਜਾਬ 'ਚ ਕੋਈ ਬੱਚਾ ਫੇਲ ਹੋ ਗਿਆ ਉਹ ਨਹਿਰ 'ਚ ਛਾਲ ਮਾਰ ਲੈਂਦਾ ਜੇ ਘਰੋਂ ਮਾਂ ਨੇ ਡਾਂਟਦਾ ਨਹਿਰ 'ਚ ਛਾਲ ਮਾਰ ਲੈਂਦਾ ਜੇ ਮਾਂ ਨੇ ਕਹਿਤਾ ਵੀ ਤੂੰ ਸਕੂਲ ਜਾਣਾ ਪਿੱਛੇ ਜੇ ਮੈਂ ਇੱਥੇ ਉੱਚਾ ਕੁੜੀ ਸੀਗੀ ਕਹਿੰਦੀ ਮੈਂ ਸਕੂਲ ਨਹੀਂ ਜਾਣਾ ਉਹਨੇ ਜਾ ਕੇ ਇਹ ਕੋਈ ਤਰੀਕਾ ਥੋੜ੍ਹੀ ਯਾਰ ਇਹ ਤਾਂ ਕੋਈ ਗੱਲ ਨਹੀਂ ਹੈ ਅਤੇ ਇੱਥੇ ਕਿਤੇ ਨਾ ਕਿਤੇ ਸਾਡੀਆਂ ਪ੍ਰੋਬਲਮ ਸਾਡੀਆਂ ਮਾਂ ਬਾਪ ਦੀਆਂ ਵੀ ਹੈਗੀਆਂ ਬਿਲਕੁਲ ਉਹ ਇਹ ਵੀ ਮੈਨੂੰ ਲੱਗਦਾ ਕਿ ਬਹੁਤ ਵਾਸ ਟੋਪਿਕ ਆ ਕਿ ਇਹ ਚੀਜ਼ਾਂ ਹੋ ਕਿਉਂ ਰਹੀਆਂ ਨੇਗੀਆਂ ਜਿਵੇਂ ਤੁਸੀਂ ਕਿਹਾ ਕੰਮ ਕਰਨਾ ਸੋਚਣ ਵਾਲੀ ਗੱਲ ਹੈ ਬਹੁਤ ਜ਼ਿਆਦਾ ਓਵਰ ਐਂਬੀਸ਼ੀਅਸ ਹੋਣਾ ਓਵਰ ਐਕਸਪੈਕਟੇਸ਼ਨਸ ਰੱਖਣੀਆਂ ਐਂਡ ਉਸ ਤੋਂ ਬਾਅਦ ਬਹੁਤ ਜ਼ਿਆਦਾ ਗੁੱਡੀ ਗੁੱਡੀ ਮਾਹੌਲ ਵੀ ਰੱਖਣਾ ਉਹ ਵੀ ਚੀਜ਼ਾਂ ਮੈਨੂੰ ਲੱਗਦਾ ਕਿ ਸਾਰੀਆਂ ਜ਼ਿੰਮੇਵਾਰ ਨੇ ਅਤੇ ਦੂਸਰੀ ਇਹ ਗੱਲ ਹੈ ਕਿ ਬਹੁਤ ਜ਼ਿਆਦਾ ਫੈਮਿਲੀ 'ਚ ਡੀਲ ਨਾ ਕਰਕੇ ਸੋਸ਼ਲ ਮੀਡੀਆ 'ਤੇ ਡਿਪੈਂਡ ਕਰਨਾ ਉਹ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਅੱਗੇ ਸਾਡੇ ਕੋਲ ਮਤਲਬ ਕਿੰਨਾ ਵਿਹਲਾ ਨਹੀਂ ਕਿੰਨਾ ਸਮਾਂ ਹੁੰਦਾ ਸੀਗਾ ਕਿ ਅਸੀਂ ਬੈਠ ਕੇ ਬਸ ਐਂ ਗੱਲਾਂ ਹੀ ਕਰ ਰਹੇ ਹਾਂ ਹੈ ਨਾ ਉਹ ਆਪਾਂ ਨੂੰ ਸ਼ਾਇਦ ਉਦੋਂ ਨਹੀਂ ਸੀ ਪਤਾ ਕਿਉਂਕਿ ਉਦੋਂ ਸਾਨੂੰ ਪਤਾ ਨਹੀਂ ਸੀ ਵੀ ਡੀਟੌਕਸ ਹੋਣਾ ਕਿਹਨੂੰ ਕਹਿੰਦੇ ਨੇ ਮੈਂਟਲੀ ਡੀਟੌਕਸ ਇਵਨ ਦੇਰ ਇਜ਼ ਨੋ ਸੱਚ ਥਿੰਗ ਐਸ ਡਿਜੀਟਲ ਡੀਟੌਕਸ ਅੱਜ ਹੈ ਯੂ ਨੋ ਸੋਸ਼ਲ ਮੀਡੀਆ ਦੇ ਆਨ ਨਾਲ ਬਹੁਤ ਚੇਂਜਸ ਇਨਸਾਨ ਦੀ ਫਿਤਰਤ 'ਚ ਬਦਲਾਅ ਬਹੁਤ ਆ ਗਏ ਨੇ ਕੰਪੈਰੀਜ਼ਨਸ ਬਹੁਤ ਅਪ ਚਲੇ ਗਏ ਨੇ ਹੁਣ ਅਸੀਂ ਇਨਸਾਨ ਘੱਟ ਰਹੇ ਹਾਂ ਅਸੀਂ ਮਸ਼ੀਨ ਜ਼ਿਆਦਾ ਹੋ ਗਏ ਯਾਦ ਹੀ ਹੋਗਾ ਭਾਜੀ ਪਿਛਲੀ ਇੰਟਰਵਿਊ ਦੇ ਵਿੱਚ ਕਹੀ ਜਾਂਦੇ ਸੀ ਨਾ ਮੈਂ ਵੈਸੇ ਡਿਸਕਸ਼ਨ ਆਪਣੀ ਹੋਰ ਪਾਸੇ ਚੱਲ ਗਈ ਕਹਿੰਦੇ ਗ੍ਰੇਡਸ ਨਹੀਂ ਹੋਣੇ ਚਾਹੀਦੇ ਬੱਚਿਆਂ ਦੀ ਇਹ ਨਹੀਂ ਹੋਣੇ ਚਾਹੀਦੇ ਐਂਡ ਮੈਂ ਤਾਂ ਕਹਿਣ ਲੱਗਿਆ ਸੀ ਪਹਿਲਾਂ ਵੀ ਫਿਰ ਤਾਂ ਜੇ ਕਿਤੇ ਰਨਿੰਗ ਦਾ ਕੰਪੀਟੀਸ਼ਨ ਫਿਰ ਇੱਕ ਜਵਾਕ ਹੀ ਭੱਜ ਲਏ ਫਿਰ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਕੰਪੀਟੀਸ਼ਨ ਨਹੀਂ ਤਾਂ ਹਾਊ ਕੈਨ ਯੂ ਬੀ ਸਟਰੋਂਗ ਬਿਲਕੁਲ ਬਿਲਕੁਲ ਹਾਰ ਕਿਵੇਂ ਐਕਸੈਪਟ ਕਰੋਗੇ ਹਾਂ ਹਾਰ ਨੂੰ ਐਕਸੈਪਟ ਕਰਨਾ
ਤੁਹਾਨੂੰ ਸਟਰੋਂਗ ਬਣਾਉਂਦਾ ਹੈ। ਬਿਲਕੁਲ ਬਿਲਕੁਲ, ਤਾਂ ਸਾਰੇ ਚਾਹੁੰਦੇ ਆ। ਬਹੁਤ ਵਧੀਆ ਗੱਲ ਹੈ। ਤਾਂ ਬੱਚਿਆਂ ਨੂੰ ਹਾਰ ਐਕਸੈਪਟ ਐਕਸੈਪਟ ਕਰਨ ਦੇ ਲਈ ਬਣਾਉਣਾ ਕਿ ਚੱਲ ਦੁਬਾਰੇ ਹੋਰ ਮਿਹਨਤ ਕਰ। ਔਰ ਭਾਜੀ ਹਾਰ ਜ਼ਰੂਰੀ ਆ, ਹਾਰ ਵੈਰੀ ਇੰਪੋਰਟੈਂਟ, ਤਾਂ ਹੀ ਤੁਸੀਂ ਜਿੱਤ ਦਾ ਮਜ਼ਾ ਵੀ ਲਓਗੇ ਤਾਂ ਹੀ ਤੁਸੀਂ ਜਿੱਤੋਗੇ। ਬਿਲਕੁਲ, ਹੈ ਨਾ, ਤੇ ਜੇ ਤੁਸੀਂ ਹਾਰਦੇ ਰਹੋਗੇ ਮਤਲਬ ਤੁਸੀਂ ਹਾਰ ਐਕਸੈਪਟ ਹੀ ਨਹੀਂ ਕਰੋਗੇ। ਕੰਪੀਟੀਸ਼ਨ ਨਹੀਂ ਤਾਂ ਫਿਰ ਕੀ ਹੈ, ਕੋਈ ਜ਼ਿੰਦਗੀ ਨਹੀਂ। ਮੈਨੂੰ ਲੱਗਦਾ ਕੰਪੀਟੀਸ਼ਨ ਹੋਣਾ ਚਾਹੀਦਾ ਬਟ ਹੈਲਦੀ, ਬਟ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਹੈ ਨਾ। ਕੰਪੀਟੀਸ਼ਨ ਐਂਡ ਕੰਪੈਰੀਜ਼ਨ, ਮੈਂ ਬਹੁਤ ਵਾਰੀ ਗੱਲ ਕੀਤੀ ਹੈ। ਰੀਸੈਂਟ ਮੇਰੀ ਬੇਟੀ ਦੀ ਸਕੂਲ ਤੋਂ ਮੈਸੇਜ ਆਇਆ, ਉਹਨਾਂ ਦਾ ਕੋਈ ਮਿਊਜ਼ੀਕਲ ਔਰਕੈਸਟਰਾ ਸੀਗਾ, ਉਹਨਾਂ ਨੇ ਪੇਰੈਂਟਸ ਨੂੰ ਇਨਵਾਈਟ ਕੀਤਾ ਕਿ ਤੁਸੀਂ ਆਓ, ਬਟ ਟੀਚਰ ਨੇ ਇੱਕ ਸਪੈਸ਼ਲ ਲਾਈਨ ਮੈਂਸ਼ਨ ਕੀਤੀ ਕਿ ਆਈ ਹੋਪ ਕਿ ਕੋਈ ਵੀ ਮਤਲਬ ਕੰਪੈਰੀਜ਼ਨ ਨਹੀਂ ਕਰੂਗਾ ਆਪਣੇ ਬੱਚੇ ਦਾ ਕਿਸੇ ਦੂਸਰੇ ਬੱਚੇ ਦੇ ਨਾਲ। ਮੈਨੂੰ ਲੱਗਿਆ ਕਿ ਓਕੇ, ਇਹੋ ਜਿਹੇ ਟੀਚਰ ਹੋਣੇ ਚਾਹੀਦੇ ਨੇ, ਇਹੋ ਜਿਹੀ ਸਮਝ ਵਾਲੇ। ਇਹ ਤੁਸੀਂ ਬਹੁਤ ਵਧੀਆ ਗੱਲ ਕੀ ਆ, ਇਹੀ ਬੇਸ ਆ, ਇੱਥੋਂ ਹੀ ਸ਼ੁਰੂ ਕਰਦੇ ਨੇ, ਇੱਥੋਂ ਸਭ ਕੁਝ ਸ਼ੁਰੂ ਹੁੰਦਾ, ਜਿਹੜਾ ਡਿਪਰੈਸ਼ਨ ਆ, ਸੁਸਾਈਡ ਆ, ਇੱਥੋਂ ਸ਼ੁਰੂ ਹੁੰਦਾ ਮਾਂ ਬਾਪ ਕੰਪੈਰੀਜ਼ਨ ਕਰਦਾ। ਔਰ ਸਭ ਤੋਂ ਵੱਡੀ ਗੱਲ ਕਿ ਭਾਜੀ ਹੋ ਰਿਹਾ, ਇਹ ਹੁਣ ਵੀ ਹੈਗਾ ਜਿਵੇਂ ਘਰ ਕੋਈ ਰਿਸ਼ਤੇਦਾਰ ਆਉਂਦਾ, ਤੂੰ ਪਹਿਲਾਂ ਬੱਚੇ ਦੀ ਇੰਟਰਵਿਊ ਲੈਣ ਲੱਗ ਪੈਂਦਾ, ਮੇਰਾ ਕਿਹੜੀ ਕਲਾਸ ਪੜ੍ਹਦਾ ਬੇਟਾ, ਤੇ ਮੈਂ ਸਿੱਧਾ ਮੇਰੇ ਘਰੇ ਕਹਿੰਦਾ ਮੇਰੇ ਬੱਚੇ ਛੋਟੇ ਸੀ, ਮੈਂ ਕਹਿੰਦਾ ਮੇਰੇ ਬੱਚੇ ਨਲਾਇਕ ਆ, ਕੁਛ ਨਹੀਂ ਪੜ੍ਹਦੇ, ਕੱਖ ਨਹੀਂ ਹੁੰਦਾ ਬੱਚਾ, ਤੂੰ ਜਾ ਖੇਡੋ, ਤੂੰ ਮੈਨੂੰ ਮਿਲਣਾ, ਮੇਰੇ ਨਾਲ ਗੱਲ ਕਰ, ਕੀ ਦੱਸ ਕੀ ਕਰਦਾ ਤੂੰ ਬੱਚੇ, ਕਿਉਂਕਿ ਉਹਦੇ ਬੱਚੇ ਕੰਪਲੈਕਸ 'ਚ ਆ ਜਾਂਦੇ ਆ। ਫਿਰ ਘਰੇ ਮਾਂ ਬਾਪ ਐਗਜ਼ਾਮ ਦੇ ਦੇਖ ਕੇ ਰਿਜ਼ਲਟ, ਕਿ ਇਹਦੇ ਨੰਬਰ ਇੰਨੇ ਆ, ਇਹਦੇ ਨੰਬਰ ਆਏ, ਤੇ ਮੈਂ ਸਿਰਫ ਕਹਿੰਦਾ, ਮੈਂ ਕਿਹਾ ਫੇਲ ਹੋ ਜਾ, ਕੋਈ ਗੱਲ ਨਹੀਂ। ਪਰ ਇੱਕ ਗੱਲ ਆ, ਦਹੀਂ 100% ਆਪਣਾ, ਵੀ ਮੈਂ 100% ਦਿੱਤਾ, ਮੈਨੂੰ ਆਉਂਦਾ ਹੀ ਇੰਨਾ ਕੁ ਸੀਗਾ, ਮੈਂ ਕੋਈ ਗੱਲ ਨਹੀਂ ਅਗਲੀ ਵਾਰ ਫਿਰ ਪਾਸ ਹੋ ਜਾਵਾਂਗੇ, ਜ਼ਿੰਦਗੀ ਥੋੜ੍ਹੀ ਖਤਮ ਹੋ ਚੱਲੀ ਆ। ਔਰ ਪੜ੍ਹਾਈ ਜ਼ਰੂਰੀ ਆ ਪਰ ਜੀਵਨ ਨਹੀਂ ਹੈ। ਐਗਜ਼ੈਕਟਲੀ। ਔਰ ਮੈਂ ਇੱਕ ਐਗਜ਼ਾਮਪਲ ਭਾਜੀ ਹੁਣ ਥੋੜ੍ਹੀ ਜੀ, ਮੈਂ ਦੋ ਲੋਕਾਂ ਨੂੰ ਜਾਣਦਾ ਜਿਹਨਾਂ ਦੀ ਮੈਂ ਹਮੇਸ਼ਾ ਐਗਜ਼ਾਮਪਲ ਦਿੰਦਾ ਵੀ ਜਿਹਨਾਂ ਨੇ ਪੜ੍ਹਨਾ, ਉਹਨਾਂ ਤੱਪੜ ਵਾਲੇ ਸਕੂਲਾਂ 'ਚ ਪੜ੍ਹਨਾ, ਅਬਦੁਲ ਕਲਾਮ ਸਾਹਿਬ ਅਖਬਾਰਾਂ ਵੇਚ ਕੇ ਰਾਸ਼ਟਰਪਤੀ ਬਣੇ ਦੇਸ਼ ਦੇ, ਇਬਰਾਹਿਮ ਲਿੰਕਨ ਸਟਰੀਟ ਲਾਈਟ 'ਚ ਪੜ੍ਹ ਕੇ ਰਾਸ਼ਟਰਪਤੀ ਬਣੇ, ਅਤੇ ਜਿਹਨਾਂ ਨੇ ਬਣਨਾ ਉਹਨਾਂ ਬਣ ਹੀ ਜਾਣਾ। ਬਿਲਕੁਲ, ਮੈਂ ਨਾ ਥੋੜ੍ਹੇ ਹਫ਼ਤਿਆਂ ਪਹਿਲਾਂ ਇੱਕ ਪਿਕਚਰ ਸ਼ੇਅਰ ਕੀਤੀ ਸੀ, ਸਾਡੇ ਘਰ ਦੇ ਨਾਲ ਹੀ ਸਬਜ਼ੀ ਦੀ ਰੇਹੜੀ ਲੱਗਦੀ ਆ। ਮੈਂ ਸ਼ਾਮ ਟਾਈਮ ਉੱਥੋਂ ਜਦੋਂ ਲੰਘਣ ਲੱਗੀ, ਮੈਂ ਫਰੂਟ ਲੈਣ ਲੱਗੀ ਤਾਂ ਉਹ ਲੇਡੀ ਸਬਜ਼ੀ ਵੇਚ ਰਹੀ ਆ, ਉਹਨਾਂ ਦੇ ਚਾਰ ਬੱਚੇ ਉੱਥੇ ਹੀ ਉਹਨਾਂ ਦੇ ਤੰਬੂ ਜਿਹੇ 'ਚ ਤਖ਼ਤ ਪੋਸ਼ ਪਿਆ, ਚਾਰੋਂ ਬੱਚੇ ਬੈਠ ਕੇ ਮੁੱਦੇ ਪੈ ਕੇ ਉੱਤੇ ਪੜ੍ਹ ਰਹੇ ਨੇ। ਐਂਡ ਉੱਥੇ ਲਾਈਟ, ਇਨਫ ਲਾਈਟ ਵੀ ਨਹੀਂ ਸੀ ਕਿ ਉਹ ਪੜ੍ਹ ਸਕਣ, ਅਤੇ ਮੈਨੂੰ ਲੱਗਿਆ ਕਿ ਤੁਹਾਡੀ ਗੱਲ ਮੈਨੂੰ ਚੇਤੇ ਮਤਲਬ ਰਿਲੇਟ ਕੀਤਾ ਮੈਂ ਉਸ ਚੀਜ਼ ਨਾਲ ਕਿ ਜਿਹਨੇ ਪੜ੍ਹਨਾ ਉਹਨੇ ਹਰ ਕਿਸੇ ਸਰਕਮਸਟਾਂਸਿਸ 'ਚ ਪੜ੍ਹ ਹੀ ਲੈਣਾ ਆ, ਹੈ ਨਾ। ਸੋ ਬੈਕ ਟੂ, ਵੀ ਇਹ ਆਪਣਾ ਨਸ਼ੇ ਦਾ ਵੀ ਕਾਰਨ ਇਹ ਆ, ਕਿਉਂਕਿ ਆਪਾਂ ਹਮੇਸ਼ਾ ਜਿੱਤਣ ਲਈ ਪ੍ਰੇਰਦੇ ਹਾਂ ਬੱਚਿਆਂ ਨੂੰ, ਵੀ ਜਾਂ ਤਾਂ ਜਿੱਤ ਅਤੇ ਜਾਂ ਸੈਕਿੰਡ ਆਪਸ਼ਨ ਹੈ ਨਹੀਂ, ਜਾਂ ਕੁਛ ਹੈ ਨਹੀਂ, ਹਾਂ ਠੀਕ ਹੈ ਨਾ। ਅਤੇ ਉਹ ਆਪਾਂ ਉਹਨਾਂ ਨੂੰ ਉਸ ਉਹਦੇ 'ਚੋਂ ਤਾਂ ਕੱਢਦੇ ਹੀ ਨਹੀਂ ਫੇਸ 'ਚੋਂ, ਤਾਂ ਕਿ ਹਾਂ ਜੇ ਐਂ ਹੋ ਗਿਆ ਜਾਂ ਐਂ ਹੋ ਗਿਆ। ਮਜ਼ਬੂਤ ਨਹੀਂ ਕਿ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਕਈ ਵਾਰੀ ਅਸੀਂ ਘਰੇ ਵੀ ਬੱਚਿਆਂ ਆਪਣੇ ਦੋ ਬੱਚਿਆਂ 'ਚ ਕੰਪੈਰੀਜ਼ਨ ਸ਼ੁਰੂ ਕਰ ਦਿੰਦੇ ਹਾਂ ਨਾ, ਦੇਖਦੇ ਹਾਂ ਪਹਿਲਾਂ ਰੋਟੀ ਕੌਣ ਖਾਂਦਾ ਆ, ਦੇਖ ਉਹ ਕਿੰਨਾ ਵਧੀਆ ਉਹਨੇ ਆਹ ਚੀਜ਼ ਕਰ ਲਈ ਆ, ਦੇਖ ਹੁਣ ਉਹਨੂੰ ਆਹ ਚੀਜ਼ ਮਿਲੂਗੀ ਤੈਨੂੰ ਨਹੀਂ ਮਿਲਣੀ ਬਿਕੋਜ਼ ਹੀ ਇਜ਼ ਅ ਗੁੱਡ ਬੋਏ ਸ਼ੀ ਇਜ਼ ਅ ਗੁੱਡ ਗਰਲ, ਹੈ ਨਾ। ਉਹ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਿਹੜੀਆਂ ਅਸੀਂ ਜਾਣੇ ਅਣਜਾਣੇ ਘਰੇ ਕਰਦੇ ਹਾਂ ਉਹ ਉਹੀ ਬੀਜ ਆ, ਉਹੀ ਬੀਜ ਆ ਜਿਹੜਾ ਅਸੀਂ ਪਾ ਦਿੰਦੇ ਬੱਚਿਆਂ ਦੇ ਮਨ 'ਚ, ਉਦੋਂ ਉਹ ਫਿਰ ਵੱਡੇ ਹੁੰਦੇ 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 ਆ ਉਹ ਇੱਕ ਵੱਡਾ ਰੁੱਖ ਬਣ ਜਾਂਦਾ, ਉਹ ਰੁੱਖ ਕਿਹੋ ਜਿਹਾ ਬਣਦਾ ਫਿਰ ਉਹ ਤੁਹਾਡੇ ਸਾਹਮਣੇ ਆਉਂਦਾ। ਬਿਲਕੁਲ। ਸੋ ਬੈਕ ਟੂ ਮਿਸਟਰ ਸ਼ੁਦਾਈ ਜੀ, ਸੋ ਹਰਸਿਮਰਨ ਭਾਜੀ ਕੰਕਲੂਡ ਕਰਨਗੇ ਇੰਟਰਵਿਊ ਨੂੰ। ਭਾਜੀ ਪੂਰੀ ਫਿਲਮ ਬਾਰੇ ਅਗਰ ਤੁਸੀਂ ਕੁਛ ਕਹਿਣਾ ਹੋਵੇ, ਕਿਉਂਕਿ ਵੀ ਸੋਸ਼ਲ 'ਤੇ ਇੱਕ ਅਸੀਂ ਤੁਹਾਡੀ ਰੀਲ ਵੀ ਅਪਲੋਡ ਕੀਤੀ ਸੀ ਜਿੱਥੇ ਤੁਸੀਂ ਦੱਸ ਰਹੇ ਹੋ ਕਿ ਮਰ ਕੇ ਦੁਬਾਰਾ ਜ਼ਿੰਦਾ ਹੋਣ ਦੀ ਇੱਕ ਸਟੇਜ ਹੁੰਦੀ ਆ ਉਹਨੂੰ ਕੀ ਕਹਿੰਦੇ ਨੇ, ਐਂਡ ਇਹਦੇ ਵਿੱਚ ਮੈਂਟਲ ਡਿਸਆਰਡਰ ਦੀ ਗੱਲ ਹੋ ਰਹੀ ਆ, ਹੈ ਨਾ, ਗੁੱਡ ਸੋਲਸ ਦੀ ਗੱਲ ਹੋ ਰਹੀ ਆ ਇਹਦੇ ਵਿੱਚ। ਸੋ ਓਵਰਆਲ ਅਗਰ ਫਿਲਮ ਨੂੰ ਤੁਸੀਂ ਕੰਕਲੂਡ ਕਰਨਾ ਹੋਵੇ ਇਸ ਇੰਟਰਵਿਊ ਦੇ ਵਿੱਚ, ਤੁਸੀਂ ਕੀ ਕਹੋਗੇ? ਜੀ ਇੰਟਰਵਿਊ ਨੂੰ ਵੀ ਆਪਾਂ ਉਸ ਤਰੀਕੇ ਨਾਲ ਦੇਖੀਏ ਨਾ, ਆਪਾਂ ਗੱਲਾਂ ਕੁਛ ਕਰਨ ਬੈਠੇ ਸੀ, ਪਰ ਗੁੱਡ ਮੈਸੇਜ ਕੋਈ ਨਾ ਕੋਈ ਤਾਂ ਮੈਨੂੰ ਆ ਸਕੇ, ਕੋਈ ਕੁਛ ਥੋੜ੍ਹਾ ਬਹੁਤਾ ਸਿੱਖੇਗਾ। ਸੋ ਫਿਲਮ ਦੇ ਵਿੱਚ ਚੰਗੇ ਤਿੰਨ ਚਾਰ ਵਧੀਆ ਸੋਸ਼ਲ ਮੈਸੇਜ ਹੈ,
ਜਿਹੜੇ ਕਿ ਮੈਂ ਹਰੇਕ ਕਹਿਣਾ ਹਰ ਫਿਲਮ ਦੇ ਵਿੱਚ ਹੋਣੇ ਚਾਹੀਦੇ। ਲੋਕ ਇੰਟਰਟੇਨਮੈਂਟ ਲਈ ਆਉਂਦੇ ਆ, ਰਾਈਟ, ਉਹਦੀ ਅਸੀਂ 100% ਕੋਸ਼ਿਸ਼ ਕੀਤੀ ਹੈ। ਜਿਵੇਂ ਭਾਅ ਜੀ ਨੇ ਕਿਹਾ ਵੀ ਅਸੀਂ ਆਪਣਾ 100% ਦਿੱਤਾ, ਅਤੇ ਇੰਟਰਟੇਨਮੈਂਟ ਦੇ ਨਾਲ ਨਾਲ ਹਮੇਸ਼ਾ ਹੀ ਕੋਸ਼ਿਸ਼ ਰਹੂਗੀ, ਇਕੱਲੀ ਇਹ ਫਿਲਮ ਦੀ ਨਹੀਂ ਗੱਲ, ਅਗਲੀਆਂ ਫਿਲਮਾਂ ਦੀ ਵੀ, ਕਿ ਕੁਛ ਨਾ ਕੁਛ ਆਪਾਂ ਇੱਕ ਵਧੀਆ ਸੋਸ਼ਲ ਮੈਸੇਜ ਦੇ ਦਈਏ। ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਗਿਆਨ ਵੰਡੀ ਜਾਂਦੇ ਹਾਂ, ਉਹਦੀ ਸਾਰਾ ਗੱਲਾਂ ਫੁੱਲ ਇੰਟਰਟੇਨਮੈਂਟ ਵਾਲੀ ਫਿਲਮ ਹੈ, ਅਤੇ ਮਿਹਨਤ ਬਹੁਤ ਲੱਗੀ ਹੈ। ਇਹ ਇਕੱਲਾ ਜਿੰਨੇ ਅਸੀਂ ਦੇਖੀ ਜਾਂਦੇ ਹਾਂ, ਇਕੱਲੀ ਸਾਡੀ ਗੱਲ ਨਹੀਂ, ਸਾਡੇ ਨਾਲ ਟੀਮ ਬਹੁਤ ਵੱਡੀ ਸੀ, ਜਿਨ੍ਹਾਂ ਦਾ ਘਰ ਵੀ ਬਹੁਤਿਆਂ ਦਾ ਚੱਲਦਾ ਨਹੀਂ। ਯੂਜਲੀ ਲੋਕ ਕਹਿ ਦਿੰਦੇ ਆ ਕਿ ਨਹੀਂ ਫਿਲਮ ਆਏ ਸੀ, ਆਏ ਸੀ, ਪਹਿਲਾਂ ਦੇਖਿਓ ਫਿਰ ਸਾਨੂੰ ਕੋਈ ਆ ਕੇ ਤੁਸੀਂ ਰਿਵਿਊ ਦਿਓ। ਪਰ ਇਹ ਮੇਰੀ ਰਿਕੁਐਸਟ ਜ਼ਰੂਰ ਹੈ ਕਿ ਤੁਸੀਂ ਪਹਿਲਾਂ ਦੇਖਿਓ ਜ਼ਰੂਰ, ਫਿਰ ਇੱਕ ਗੱਲ ਮੈਂ ਔਨ ਕੈਮਰਾ ਤੁਹਾਨੂੰ ਸਾਰਿਆਂ ਨੂੰ ਪ੍ਰੋਮਿਸ ਕਰ ਸਕਦਾ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਫਿਲਮ ਦੇਖ ਕੇ। ਤੁਸੀਂ ਇਹ ਇਟ ਵਿਲ ਬੀ ਲਾਈਕ ਵਰਥ ਵਾਚਿੰਗ। ਕਿਹੜੀ ਤਰੀਕ ਕਿਹੜੀ ਆ? 21 ਜੂਨ, 21 ਜੂਨ ਨੂੰ ਮਿਲਦੇ ਹਾਂ ਸਿਨੇਮਾ। ਔਰ ਪਰਿਵਾਰਕ ਫਿਲਮ ਆ, ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ, ਤੁਹਾਨੂੰ ਮਜ਼ਾ ਆਊਗਾ ਸਾਰਾ। ਸੌਰੀ, ਵੈਸੇ ਤਾਂ ਆਪਣੀ ਇੰਟਰਵਿਊ ਖਤਮ ਕਰਨ ਲੱਗੀ ਸੀ, ਪਰ ਤੁਹਾਡੀ ਗੱਲ ਤੋਂ ਮਾਨਵ ਵਿੱਚ ਉਹਨਾਂ ਨੇ ਮੇਰੀ ਰੀਸੈਂਟ ਇੰਟਰਵਿਊ ਸੀ, ਉਹ ਕਹਿੰਦੇ ਕਿ ਜਦੋਂ ਮੇਰਾ ਕੋਈ ਵੀ ਪ੍ਰੋਜੈਕਟ ਖਤਮ ਹੋਣ ਵਾਲਾ ਹੁੰਦਾ ਤਾਂ ਮੇਰੀ ਟੀਮ ਇਹਨੂੰ ਪੁੱਛਦੀ ਹੈ, ਸਰ ਅਗਲੀ ਫਿਲਮ ਕਦ ਹੈ? ਕਹਿੰਦੇ ਕਿਉਂਕਿ ਮੈਂ ਉਹਨਾਂ ਦਾ ਇਮੋਸ਼ਨ ਸਮਝਦਾ ਕਿ ਘਰ ਚੱਲ ਰਹੇ ਨੇ ਸਾਡੇ, ਹੈ ਨਾ, ਜੇ ਮੈਨੂੰ ਕੰਮ ਮਿਲ ਰਿਹਾ, ਮੇਰੇ ਪਿੱਛੇ ਜੇ 10 ਜਣਿਆਂ ਦੀ ਟੀਮ ਆ, ਉਹਨਾਂ 10 ਨੂੰ ਕੰਮ ਮਿਲ ਰਿਹਾ। ਫਿਰ ਇੱਕ ਦਿਨ ਅਸੀਂ ਬੈਠੇ ਗੱਲ ਕਰ ਰਹੇ ਸੀਗੇ ਕਿ ਫਿਲਮ ਇੰਡਸਟਰੀ ਵੀ ਪੰਜਾਬ ਨੂੰ ਕਿੰਨੀ ਇੰਪਲੋਇਮੈਂਟ ਦੇ ਰਹੀ ਆ, ਜਿਹੜੀ ਕਿ ਆਪਾਂ ਕਦੇ ਇਸ ਚੀਜ਼ 'ਤੇ ਗੱਲ ਹੀ ਨਹੀਂ ਕਰਦੇ। ਆਪਾਂ ਕਹਿੰਦੇ ਕਿ ਪੰਜਾਬ 'ਚ ਇੰਪਲੋਇਮੈਂਟ ਨਹੀਂ ਆ, ਬਟ ਇਹ ਦੇਖੋ ਮਤਲਬ ਹਰ ਚੀਜ਼ ਦੇ ਨਫੇ ਨੁਕਸਾਨ ਜਾਂ ਹਰ ਪ੍ਰੋਫੈਸ਼ਨ ਦੇ ਵਿੱਚ ਚੰਗਾਈ, ਮਤਲਬ ਕੁਛ ਚੰਗੀਆਂ ਚੀਜ਼ਾਂ, ਬੁਰੀਆਂ ਚੀਜ਼ਾਂ ਹੁੰਦੀਆਂ ਨੇ, ਬਟ ਫਿਲਮ ਇੰਡਸਟਰੀ ਦੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਪੰਜਾਬ ਨੂੰ ਜਾਂ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਕਿੰਨੀ ਇੰਪਲੋਇਮੈਂਟ ਮਿਲ ਰਹੀ ਹੈ ਇੱਥੋਂ, ਹੈ ਨਾ। ਸੋ ਮੈਨੂੰ ਲੱਗਦਾ ਕਿ ਫਿਲਮਾਂ ਦੇਖਾਂਗੇ, ਇੰਡਸਟਰੀ ਗਰੋ ਹੋਊਗੀ ਤਾਂ ਓਨੀ ਜ਼ਿਆਦਾ ਇੰਪਲੋਇਮੈਂਟ ਵੀ ਵਧੂਗੀ। ਪਰ ਸਾਡਾ ਵੀ ਫਰਜ਼ ਹੈ ਕਿ ਵਧੀਆ ਬਣਾਓ, ਵਧੀਆ ਬਣਾਓ, ਵਧੀਆ ਬਣਾਓ, ਐਬਸੋਲੂਟਲੀ। ਉਹਦਾ ਪੰਜਾਬੀ ਸਿਨੇਮੇ ਦਾ ਗ੍ਰਾਫ ਨਾ ਥੱਲੇ ਡਿੱਗੇ। ਮੈਂ ਕੋਈ ਬੜਾ ਐਂ ਨਹੀਂ ਕਹਿ ਰਿਹਾ, ਕਿਉਂਕਿ ਫਿਲਮ ਹਜੇ ਆਉਣੀ ਹੈ, ਲੋਕਾਂ ਨੇ ਦੱਸਣਾ, ਪਰ ਅਸੀਂ 100% ਦਿੱਤਾ ਹੈ ਆਪਣਾ। ਕੋਈ ਨਹੀਂ, ਜੇ ਕੋਈ ਗੱਲਬਾਤ ਹੋਈ ਤਾਂ ਆਪਾਂ ਅਗਲੀਆਂ 'ਚ ਕਰ ਲਵਾਂਗੇ, ਪਰ ਸਾਡੀ ਕੋਸ਼ਿਸ਼ ਇਹ ਰਹੇਗੀ ਹਮੇਸ਼ਾ ਇੱਕ ਬਣ ਗਈ, ਅਸੀਂ ਉਸ ਤੋਂ ਅਗਲੀ ਅੱਛੀ ਬਣਾਈਏ, ਹੋਰ ਵੀ ਅੱਛੀ ਬਣਾਈਏ। ਅਤੇ ਬਸ ਸਾਰਿਆਂ ਨੂੰ ਬੇਨਤੀ ਹੈ ਜੀ, ਜ਼ਰੂਰ ਦੇਖਿਓ 21 ਜੂਨ ਨੂੰ। ਮੈਂਡੀ, ਤੁਸੀਂ ਪੰਜਾਬੀ ਪੜ੍ਹ ਲੈਂਦੇ ਹੋ? ਹਾਂਜੀ, ਕਿਉਂਕਿ ਤੁਸੀਂ ਪਗਡੰਡੀਆਂ ਚੱਕੀ ਸੀ ਅਤੇ ਮੈਨੂੰ ਬੜੀ ਹੈਰਾਨੀ ਹੋਈ। ਹਾਂਜੀ, ਸੋ ਬਹੁਤ ਸ਼ੁਕਰੀਆ ਤੁਹਾਡਾ, ਐਂਡ ਬਹੁਤ ਮੁਬਾਰਕਾਂ ਇਸ ਫਿਲਮ ਦੇ ਲਈ। ਆਪਾਂ ਫਿਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਮਿਲ ਰਹੇ ਸੀਗੇ ਮਿਸਟਰ ਸ਼ੁਦਾਈ ਦੀ ਟੀਮ ਨੂੰ, ਹਰਸਿਮਰਨ, ਮੈਂਡੀ ਤੱਖਰ ਅਤੇ ਸੁਖੀ ਚਾਲਹੁਰੀ, ਵੀ ਸੋਸ਼ਲ 'ਤੇ ਗੱਲਬਾਤ ਕਰ ਰਹੇ ਸਨ। 21 ਜੂਨ ਨੂੰ ਇਹਨਾਂ ਦੀ ਫਿਲਮ ਰਿਲੀਜ਼ ਹੋ ਰਹੀ ਹੈ, ਉਮੀਦ ਹੈ ਤੁਸੀਂ ਜ਼ਰੂਰ ਜਾਓਗੇ। ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।